ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਦੋਸਤ ਹਰਦੀਪ ਦੁਆਸੋ ਪੀਬੀਐਨ ਦੇ ਇੰਟਰਟੇਨਮੈਂਟ ਦੇ ਕੈਂਟ ਸ਼ੋ ਵੀ ਦੇਸ਼ ਤੇ ਵਿਦੇਸ਼ ਦੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਫਿਰ ਕਰਦੇ ਆ ਪ੍ਰੋਗਰਾਮ ਦੀ ਸ਼ੁਰੂਆਤ ਔਰ ਸਭ ਤੋਂ ਪਹਿਲਾਂ ਦੇਖਦੇ ਹਾਂ ਜੀ ਹਾਈਲਾਈਟਸ ਪਰ ਜੀ ਭਾਜੀ ਇਹ ਤਾਂ ਨਹੀਂ ਕੋਈ ਥੱਪੜ ਮਾਰੇ ਮੂਹਰੇ ਤੁਸੀਂ ਕਹੋਗੇ ਭਾਜੀ ਦੂਜਾ ਵੀ ਮਾਰ ਲਓ ਕੋਈ ਚੱਕਰ ਨਹੀਂ ਹੈ ਨਾ ਸ਼ੋਅ ਵਗੈਰਾ ਕਰਕੇ ਨਿਕਲਦੇ ਹਾਂ ਤਾਂ ਬਹੁਤ ਸਾਰੇ ਲੋਕ ਪਿੱਛੇ ਮੋਟਰਸਾਈਕਲ ਲਾ ਕੇ ਆ ਜਾਂਦੇ ਵੀ ਤੁਹਾਡੇ ਨਾਲ ਫੋਟੋਗ੍ਰਾਫ ਫੋਟੋਗ੍ਰਾਫ ਤੁਸੀਂ ਕਿਵੇਂ ਰੋਕ ਸਕਦੇ ਹੋ ਤੁਹਾਡੀ ਸਿਕਿਉਰਿਟੀ ਨਹੀਂ ਹੈਗੀ ਤੁਸੀਂ ਇਕੱਲੇ ਹੋ ਪਿੰਡ ਨੂੰ ਖੰਨੇ ਸਿੱਧੀ ਬੱਸ ਨਾ ਜਾਵੇ ਜੀ ਉੱਚੀ ਹੋ ਕੇ ਜਾਂਦੀ ਹੈ ਕਈ ਐਵੇਂ ਦੇ ਹੁੰਦੇ ਆ ਰਿਪੋਰਟਰ ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੌਣ ਜੱਸੀ ਹੈ ਕੌਣ ਬੱਬਲ ਹੈ ਵੀ ਡੋਂਟ ਕੇਅਰ ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਜੱਸੀ ਗਿੱਲ ਬੱਬਲ ਰਿਹਾ ਹੈ ਕੌਣ ਕਹਿੰਦੇ ਉਹ ਤੁਸੀਂ ਜੱਸੀ ਭਾਅ ਜੀ ਮੈਂ ਕਹਿੰਦਾ ਨਹੀਂ ਜੀ ਉਹ ਜੱਸੀ ਗਿੱਲ ਹੀ ਮੈਂ ਪਤਾ ਸਭ ਤੋਂ ਵੱਡੀ ਮੈਂ ਤੁਹਾਨੂੰ ਗੱਲ ਇੱਕ ਕੰਪਲੀਮੈਂਟ ਦੇਣਾ ਚਾਹੁੰਦਾ ਕਿ ਬਹੁਤ ਘੱਟ ਸਾਡੀ ਇੱਦਾਂ ਦੀ ਇੰਟਰਵਿਊਜ਼ ਹੁੰਦੀਆਂ ਜਾਂ ਸਾਨੂੰ ਇੱਦਾਂ ਦੇ ਜਰਨਲਿਸਟ ਆ ਜਿਹੜੇ ਮਿਲਦੇ ਆ ਜਿਹੜੇ ਪਹਿਲਾਂ ਸਰਚ ਕਰਕੇ ਆਉਂਦੇ ਸਾਡੇ ਉਹ ਡੈਡੀ ਜੀ ਦੇ ਕੈਸ਼ ਉੱਤੇ ਕਰੀ ਜਾਵੇ ਬਾਪੂ ਜੀ ਵੀ ਵਾਰ ਕਿੱਥੋਂ ਲੈ ਕੇ ਦੇਵੇ ਕਾਰ ਉਹ ਗੱਲ ਸੁਣ ਛੱਲਿਆ ਕੈਦੀ ਆ ਕਿਉਂ ਗੱਡੀ ਦਾ ਕੈਦੀਆਂ ਟਣਣੇ 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 ਦੋਸਤੋ ਅਸੀਂ ਹਾਈਲਾਈਟਸ ਦੇਖ ਕੇ ਜਾਣ ਹੀ ਗਏ ਹੋਗੇ ਸਾਡੇ ਸ਼ੋਅ ਦੇ ਅੱਜ ਦੇ ਮੁੱਖ ਮਹਿਮਾਨ ਹੈਗੇ ਨੇ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਜੱਸੀ ਗਿੱਲ ਔਰ ਬੱਬਲ ਰਾਏ ਜੀ ਜਿਨ੍ਹਾਂ ਨੇ ਸਾਡੇ ਨਾਲ ਕੀਤੀਆਂ ਆਪਣੇ ਦਿਲਾਂ ਦੀ ਗੱਲਾਂ ਸਾਂਝੀਆਂ ਕਿ ਕਿੱਦਾਂ ਉਹਨਾਂ ਦੀ ਕਾਲਜ ਲਾਈਫ ਸੀਗੀ ਸਟਰਗਲ ਦਾ ਟਾਈਮ ਕਿੱਦਾਂ ਸੀਗਾ ਔਰ ਉਹਨਾਂ ਦੀ ਦੋਸਤੀ ਆਪਸ ਵਿੱਚ ਕਿੱਦਾਂ ਪਈ ਔਰ ਨਾਲ ਹੀ ਨਾਲ ਉਹਨਾਂ ਦੀ ਅਪਕਮਿੰਗ ਪੰਜਾਬੀ ਮੂਵੀ ਸਰਗੀ ਬਾਰੇ ਵੈਸੇ ਉਹਨਾਂ ਨੇ ਕੀਤੀ ਖਾਸ ਗੱਲਬਾਤ ਆਓ ਫਿਰ ਵੇਖਦੇ ਉਹਨਾਂ ਨਾਲ ਕੀਤੀ ਖਾਸ ਗੱਲਬਾਤ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੁਆਸੋ ਪੀਬੀਐਨ ਦੇ ਇੰਟਰਟੇਨਮੈਂਟ ਦੇ ਕੈਂਟ ਸ਼ੋਅ ਦੇਸ਼ ਤੇ ਵਿਦੇਸ਼ ਦੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਅੱਜ ਤੁਹਾਨੂੰ ਮਿਲਵਾਉਣ ਲੈ ਕੇ ਜਾ ਰਹੇ ਹਾਂ ਬਾਲੀਵੁੱਡ ਐਕਟਰ ਐਂਡ ਸਿੰਗਰ ਯਾਨੀ ਕਿ ਜੱਸੀ ਗਿੱਲ ਬਾਈ ਜੀ ਨਾਲ ਤਾਂ ਉਹ ਫਿਰ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਜੀ ਬਾਜੀ ਆਪਾਂ ਗੱਲ ਕਰੀਏ ਤੁਹਾਡੇ ਫਸਟ ਐਲਬਮ ਸੀਗੀ ਆਪਣਾ ਫਸਟ ਐਲਬਮ ਸੌਂਗ ਸੀ ਚੂੜੀਆਂ ਹਾਂਜੀ ਜਿਹਨੂੰ ਕਾਫੀ ਪਿਆਰ ਵੀ ਮਿਲਿਆ ਬਹੁਤ ਵੱਡਾ ਹਿੱਟ ਸੀਗਾ ਜੀ ਔਰ ਉਹਦੇ ਵੀਡੀਓ ਦੀ ਸਲਾਹ ਵੀ ਤੁਹਾਨੂੰ ਰੋਸ਼ਨ ਬਾਈ ਜੀ ਨੇ ਦਿੱਤੀ ਸੀ ਕੀ ਕਹੋਗੇ ਹਾਂਜੀ ਉਹ ਮੇਰੀ ਪਹਿਲੀ ਐਲਬਮ ਸੀ ਪਰ ਪਹਿਲਾ ਗਾਣਾ ਨਹੀਂ ਸੀ ਪਹਿਲਾ ਗਾਣਾ ਸੀਗਾ ਕਾਲਜ ਜਿਵੇਂ ਕਹ ਲਓ ਜਦੋਂ ਨਵਾਂ ਹੁੰਦਾ ਆਰਟਿਸਟ ਸੋ ਉਸੇ ਗਾਣੇ ਨਾਲ ਜਾਣਿਆ ਜਾਂਦਾ ਜਦੋਂ ਜਿਹੜਾ ਜਿਹਦੇ ਨਾਲ ਉਹਦੀ ਪਹਿਚਾਣ ਬਣਦੀ ਜਾਂ ਹਿੱਟ ਹੋ ਜਾਂਦਾ ਪਰ ਮੇਰਾ ਪਹਿਲਾ ਗਾਣਾ ਕਾਲਜ ਸੀ ਚੂੜੀਆਂ ਦਾ ਦੂਸਰਾ ਗਾਣਾ ਸੀਗਾ ਜਿਹਦੀ ਵੀਡੀਓ ਬਹੁਤ ਪਸੰਦ ਕੀਤੀ ਸੀ ਲੋਕਾਂ ਨੇ ਡਿਫਰੈਂਟ ਇੱਕ ਵੀਡੀਓ ਕਰਨ ਦੀ ਟਰਾਈ ਕੀਤੀ ਸੀ ਵਿਰਸਾ ਗਿਫਟ ਵੀ ਦੇਣ ਗਏ ਸੀ ਰੋਸ਼ਨ ਬਾਈ ਨੂੰ ਹਾਂਜੀ ਮੈਂ ਸੀਡੀ ਦੇਣ ਗਿਆ ਸੀਗਾ ਬਾਈ ਨੂੰ ਤੇ ਉਹਨਾਂ ਨੇ ਮੈਨੂੰ ਮੈਂ ਉਹਨਾਂ ਨੂੰ ਕਿਹਾ ਵੀ ਸੁਣ ਕੇ ਮੈਨੂੰ ਦੱਸਿਓ ਵੀ ਨੈਕਸਟ ਵੀਡੀਓ ਕਿਹੜਾ ਕਰਨਾ ਮੈਂ ਕੋਈ ਹੋਰ ਵੀਡੀਓ ਪਲਾਨ ਕਰ ਰਿਹਾ ਸੀਗਾ ਪਰ ਉਹਨਾਂ ਦਾ ਐਕਸਪੀਰੀਅੰਸ ਸੀਗਾ ਇੰਨੀ ਦੇਰ ਦਾ ਸੋ ਉਹਨਾਂ ਨੇ ਮੈਨੂੰ ਕਿਹਾ ਕਿ ਆਹ ਗਾਣਾ ਮੈਨੂੰ ਬਹੁਤ ਵਧੀਆ ਲੱਗਦਾ ਤੋ ਇਹਦੀ ਵੀਡੀਓ ਕਰੀ ਮੈਂ ਕੱਲ ਦਾ ਸੁਣ ਰਿਹਾ ਮੇਰੇ ਘਰੇ ਵੀ ਸੁਣਿਆ ਮੇਰੇ ਸਿਸਟਰ ਨੇ ਉਹ ਕਹਿੰਦੇ ਗਾਣਾ ਬਹੁਤ ਵਧੀਆ ਸੋ ਫਿਰ ਮੈਂ ਉਹਦਾ ਵੀਡੀਓ ਪਲਾਨ ਕੀਤਾ ਫਿਰ ਵਧੀਆ ਪਸੰਦ ਆਇਆ ਭਾਈ ਜੀ ਗੱਲ ਕਰੀਏ ਇਸ ਟਾਈਮ ਸੇ ਫਸਟ ਐਲਬਮ ਕੱਢੀ ਸੀ ਉਸ ਟਾਈਮ ਤੂੰ ਸੋਚਿਆ ਨਹੀਂ ਸੀਗਾ ਸੀ ਤੁਸੀਂ ਮਿਊਜ਼ਿਕ ਲਾਈਨ ਨੂੰ ਜਿਹੜਾ ਹੈਗਾ ਪ੍ਰੋਫੈਸ਼ਨਲੀ ਜਿਹੜਾ ਚੂਜ਼ ਕਰੋਗੇ ਤੁਸੀਂ ਸੋਚਦਾ ਸੀ ਯਾਰ ਚੱਲ ਐਲਬਮ ਆਪਾਂ ਕਰ ਲਈ ਹੁਣ ਚਾਰ ਪੈਸੇ ਕਮਾ ਲਈ ਨਾਲ ਕੋਈ ਕੱਦਾ ਹੋਰ ਕੰਮ ਵੀ ਕਰ ਲਈ ਚਾਰ ਪੈਸੇ ਬਣ ਜਾਣ ਨਹੀਂ ਮੇਰੇ ਦਿਮਾਗ 'ਚ ਇੱਦਾਂ ਹੀ ਸੀਗਾ ਜੀ ਕਿਉਂਕਿ ਜਦੋਂ ਸ਼ੁਰੂ ਤੋਂ ਛੋਟੇ ਹੁੰਦੇ ਇੱਕ ਡ੍ਰੀਮ ਸੀ ਕਿ ਐਲਬਮ ਕਰਨੀ ਆ ਪਰ ਇਹ ਨਹੀਂ ਸੋਚਿਆ ਸੀ ਕਦੇ ਕਿ ਇਸ ਚੀਜ਼ ਨੂੰ ਇਹ ਤੋਂ ਇਨਕਮ ਵੀ ਆ ਸਕਦੀ ਹੈ ਐਜ਼ ਏ ਪ੍ਰੋਫੈਸ਼ਨ ਮੈਂ ਇਹਨੂੰ ਬਣਾਊਂਗਾ ਇਹ ਚੀਜ਼ ਮੈਂ ਪਹਿਲੀ ਐਲਬਮ ਤੋਂ ਬਾਅਦ ਮੈਂ ਸੋਚੀ ਕਿਉਂਕਿ ਪਹਿਲੀ ਐਲਬਮ ਜਦੋਂ ਆ ਗਈ ਫਿਰ ਮੈਂ ਦੂਸਰੀ ਐਲਬਮ ਕੀਤੀ ਮੇਰਾ ਲੈਂਸਰ ਟਰੈਕ ਹਿੱਟ ਹੋ ਗਿਆ ਹਾਂਜੀ ਸੋ ਫਿਰ ਮੈਨੂੰ ਲੱਗਿਆ ਕਿ ਵੀ ਇਹ ਚੀਜ਼ ਲੋਕ ਪਸੰਦ ਕਰ ਰਹੇ ਆ ਸੋ ਮੈਨੂੰ ਸ਼ੋਜ਼ ਲਈ ਆਫਰਸ ਆਉਣੀਆਂ ਸ਼ੁਰੂ ਹੋ ਗਈਆਂ ਫਿਰ ਮੈਂ ਇਹਦੇ ਲਈ ਜ਼ਿਆਦਾ ਸੀਰੀਅਸ ਹੋ ਗਿਆ ਕਿ ਹਾਂ ਹੁਣ ਇਹਨੂੰ ਅਗਰ ਪ੍ਰੋਫੈਸ਼ਨ ਬਣਾਉਣਾ ਤਾਂ ਇਹਦੇ ਲਈ ਹੋਰ ਮਿਹਨਤ ਕੀਤੀ ਜਾਵੇ ਅਤੇ ਹੋਰ ਵਧੀਆ ਵਧੀਆ ਗਾਣੇ ਬਣਾਏ ਜਾਣ ਜਿਹਦੇ ਨਾਲ ਲੋਕਾਂ ਨੂੰ ਐਂਟਰਟੇਨ ਕਰਾਂ ਅਤੇ ਆਪਣਾ ਵੀ ਇੱਕ ਕੰਮ ਹੋ ਜੂਗਾ ਕਿਉਂਕਿ ਉਸ ਟਾਈਮ ਮੈਂ ਸਟਰਗਲ ਕਰ ਰਿਹਾ ਸੀ ਲਾਈਫ ਦੇ ਵਿੱਚ ਸਟਰਗਲ ਲਾਈਫ ਇਨ ਦਾ ਸੈਂਸ ਕਿ ਤੁਸੀਂ ਸੋਚਦੇ ਸੀ ਕਿ ਕਿਹੜਾ ਕੰਮ ਕੀਤਾ ਜਾਵੇ ਕਿਉਂਕਿ ਜੱਟਾਂ ਦੇ ਮੁੰਡੇ ਕੋਲ ਜਾਂ ਖੇਤੀ ਹੁੰਦੀ ਜਾਂ ਬਾਹਰ ਹੁੰਦਾ ਸੋ ਅਗਰ ਇਹ ਨਾ ਹੁੰਦਾ ਤਾਂ ਮੈਂ ਬਾਹਰ ਹੁੰਦਾ ਜਾਂ ਖੇਤੀ ਕਰਦਾ ਹੁੰਦਾ ਜੀ ਤਾਂ ਭਾਈ ਲੇਕਿਨ ਜਿਵੇਂ ਲੈਂਸਰ ਦਾ ਸੌਂਗ ਤੁਸੀਂ ਵੀਡੀਓ ਤਿਆਰ ਕੀਤੀ ਬਿਕੋਜ਼ ਉਹਦੇ ਤੁਹਾਨੂੰ ਤੁਹਾਡਾ ਜਿਹੜਾ ਐਕਸਪੀਰੀਅੰਸ ਹੋਈ ਕਿੱਥੇ ਨਾ ਕਿੱਥੇ ਤੁਹਾਨੂੰ ਕੰਮ ਆ ਗਿਆ ਬਿਕੋਜ਼ ਦੋਸਤੋ ਮੈਂ ਤੁਹਾਨੂੰ ਦੱਸਦਾ ਕਿ ਭਾਜੀ ਨੇ ਜੋ ਸਟੱਡੀ ਕੀਤੀ ਉਹਨੇ ਮਿਊਜ਼ਿਕ ਸਬਜੈਕਟ ਵੀ ਰੱਖਿਆ ਹੋਇਆ ਸੀਗਾ ਹਾਂਜੀ ਮੈਂ ਰੱਖਿਆ ਤਾਂ ਪੜ੍ਹਾਈ ਤੋਂ ਬਚਣ ਦੇ ਮਾਰੇ ਨਹੀਂ ਸੀਗਾ ਕਿਉਂਕਿ ਮੈਨੂੰ ਪਤਾ ਲੱਗਿਆ ਸੀ ਕਿ ਉਹ ਪ੍ਰੈਕਟੀਕਲ ਸਬਜੈਕਟ ਹੁੰਦਾ ਉਹ 'ਚ ਤੁਹਾਨੂੰ ਸਿਰਫ 30 ਨੰਬਰ ਦਾ ਪੜ੍ਹਨਾ ਪੈਂਦਾ 70 ਨੰਬਰ ਪ੍ਰੈਕਟੀਕਲ ਹੁੰਦਾ ਸੋ ਉਦੋਂ ਮੈਂ ਆਪਣੇ ਵੱਲੋਂ ਇਹ ਰੱਖਿਆ ਸੀ ਪਰ ਮੈਨੂੰ ਨਹੀਂ ਪਤਾ ਸੀਗਾ ਕਿ ਇਹ ਚੀਜ਼ ਨੇ ਮੇਰੀ ਲਾਈਫ ਬਦਲ ਦੇਣੀ ਸੋ ਉੱਥੇ ਮੈਂ ਮਿਊਜ਼ਿਕ ਸਿੱਖਦਾ ਰਿਹਾ ਅਤੇ ਨਾਲ ਕਾਲਜ ਦੇ ਵਿੱਚ ਫੈਸਟੀਵਲ 'ਚ ਗਾਉਂਦਾ ਰਿਹਾ ਸੋ ਉੱਥੋਂ ਪ੍ਰਾਈਜ਼ ਆਉਂਦੇ ਰਹੇ ਫਿਰ ਮੈਨੂੰ ਲੱਗਿਆ ਕਿ ਹਾਂ ਇਹ ਕੰਮ ਮੈਂ ਕਰ ਸਕਦਾ ਜਦੋਂ ਲੋਕਾਂ ਨੇ ਐਪਰੀਸ਼ੀਏਟ ਕਰਨਾ ਸ਼ੁਰੂ ਕੀਤਾ ਸਾਰੇ ਕਹਿੰਦੇ ਵੀ ਆਵਾਜ਼ ਵਧੀਆ ਗਾਉਂਦਾ ਵਧੀਆ ਫਿਰ ਮੈਨੂੰ ਲੱਗਿਆ ਕਿ ਹਾਂ ਮੈਂ ਹੁਣ ਐਲਬਮ ਕਰਾਂ ਜਾਂ ਮੈਂ ਗਾਇਆ ਕਰਾਂ ਸੋ ਫਿਰ ਮੈਂ ਜ਼ਿਆਦਾ ਇਹਨੂੰ ਸ਼ੁਰੂ ਕੀਤਾ ਅਤੇ ਕੰਮ ਕਰਨਾ ਬਿਲਕੁਲ ਤੁਸੀਂ ਮਿਊਜ਼ਿਕ ਦੇ ਨਾਲ ਨਾਲ ਇੱਕ ਫਿਜ਼ੀਕਲ ਐਜੂਕੇਸ਼ਨ ਵੀ ਨਾਲ ਸਬਜੈਕਟ ਰੱਖਿਆ ਸੀ ਥੋੜ੍ਹਾ ਜਿਹਾ ਹੋਰ ਨੰਬਰ ਆ ਜਾਣ ਤਿੰਨ ਸਬਜੈਕਟ ਰੱਖ ਸਕਦੇ ਸੀਗੇ ਜੀ ਸੋ ਤਿੰਨੇ ਮੈਂ ਸਿਖਾਲੇ ਰੱਖੇ ਸੀ ਕਿਉਂਕਿ ਸਕੂਲ ਦੇ ਵਿੱਚ ਸਕੂਲ ਪੜ੍ਹਨ ਵੱਲੋਂ ਮੈਂ ਬਹੁਤ ਭੱਜਦਾ ਸੀ ਪਹਿਲੇ ਦਿਨ ਤੋਂ
ਸਕੂਲ ਦੇ ਵਿੱਚ ਆਲਵੇਜ਼ ਇਹੀ ਗੱਲਾਂ ਕਰਦੇ ਆਪਸ 'ਚ ਵੀ ਯਾਰ ਤੈਨੂੰ ਪਤਾ ਕਾਲਜ 'ਚ ਪੜ੍ਹਨਾ ਨਹੀਂ ਪੈਂਦਾ ਹੁੰਦਾ, ਕਾਲਜ 'ਚ ਨਾ ਕਿਸੇ ਨੂੰ ਕੋਈ ਕੁੱਟਦਾ ਨਾ ਕਿਸੇ ਨੂੰ ਮਤਲਬ ਕਲਾਸ 'ਚ ਆਇਆ ਕਿ ਨਹੀਂ। ਸੋ ਉਦੋਂ ਐਵੇਂ ਥਿੰਕਿੰਗ ਸੀ ਜਦੋਂ ਮੈਂ ਸਬਜੈਕਟ ਰੱਖਣੇ, ਜਦ ਵੀ ਮੈਂ ਸੋਚਿਆ ਵੀ ਘੱਟ ਕੀ 'ਚ ਪੜ੍ਹਨਾ ਪਊਗਾ। ਸੋ ਫਿਰ ਮੈਂ ਦੋ ਪ੍ਰੈਕਟੀਕਲ ਸਬਜੈਕਟ ਰੱਖੇ, ਇੱਕ ਫਿਜ਼ੀਕਲ ਐਜੂਕੇਸ਼ਨ, ਇੱਕ ਮਿਊਜ਼ਿਕ, ਅਤੇ ਤੀਜਾ ਨਾਲ ਰੱਖਿਆ ਹਿਸਟਰੀ ਜਿਹਦੇ ਵਿੱਚ ਤੁਸੀਂ ਸਾਰੀਆਂ ਗੱਪਾਂ ਲਿਖਣੀਆਂ ਹੁੰਦੀਆਂ। ਸੋ ਫਿਰ ਮੈਂ ਆਪਣੇ ਵੱਲੋਂ ਟਰਾਈ ਕੀਤਾ ਕਿ ਵੀ ਆਹ ਤਿੰਨ ਰੱਖ ਲੈਂਦੇ ਹਾਂ। ਸੋ ਉਦੋਂ ਆਹ ਤਿੰਨ ਰੱਖੇ ਸੀਗੇ ਤੇ ਚੱਲ ਗਿਆ ਕੰਮ। ਉਸ ਟਾਈਮ ਦੇ ਭਾਜੀ ਤੁਹਾਡੇ ਇੱਕ ਸਰ ਨੇ ਪੁੱਛਿਆ ਸੀ ਕਿਹੜੇ ਕਿਹੜਾ ਕਾਕਾ ਗਾਲਣ ਨਾ ਆ ਗਿਆ ਕਲਾਸ ਵਿੱਚ, ਤੇ ਤੁਹਾਡਾ ਹੱਥ ਉੱਤੇ ਕੁਦਰਤੀ ਹੋ ਗਿਆ। ਸੋ ਫਾਈਨਲੀ ਤੁਹਾਨੂੰ ਉਸ ਤੋਂ ਗਾਣ ਤੁਸੀਂ ਵਧੀਆ ਗਾਇਆ ਤੇ ਫਸਟ ਪ੍ਰਾਈਜ਼ ਵੀ ਮਿਲ ਗਿਆ ਸੀ ਉਦੋਂ ਤੁਹਾਨੂੰ। ਪਹਿਲਾਂ ਤਾਂ ਵੀਰੇ ਮੈਂ ਡਰਦਾ ਮਾਰਾ ਮਿਊਜ਼ਿਕ ਰੂਮ 'ਚ ਹੀ ਨਹੀਂ ਗਿਆ, ਕਿਉਂਕਿ ਮੈਨੂੰ ਸਾਡਾ ਕਾਮਨ ਰੂਮ ਸੀਗਾ ਕੁੜੀਆਂ ਦਾ, ਜਿੱਥੇ ਕੁੜੀਆਂ ਨੂੰ ਬੈਠਣ ਦੀ ਜਗ੍ਹਾ ਹੁੰਦੀ ਹੈ। ਮੈਨੂੰ ਕਿਸੇ ਨੇ ਕਹਿਤਾ ਵੀ ਇੱਧਰ ਆ ਮਿਊਜ਼ਿਕ ਰੂਮ, ਮੈਂ ਹਰ ਰੋਜ਼ ਜਾਂਦਾ ਰਹਿੰਦਾ ਸੀ ਉੱਥੇ, ਮੈਂ ਜਿੱਥੇ ਕੁੜੀਆਂ ਹੁੰਦੀਆਂ ਸੀ, ਇਕੱਲੀਆਂ ਮੁੰਡਾ ਕੋਈ ਹੁੰਦਾ ਨਹੀਂ ਸੀਗਾ। ਸੋ ਮੈਂ ਉਵੇਂ ਵਾਪਸ ਮੁੜਿਆ ਹੁੰਦਾ ਸੀ, ਉੱਪਰ ਬੋਰਡ ਨਹੀਂ ਲੱਗਿਆ ਸੀਗਾ। ਸੋ ਮੈਂ ਉਵੇਂ ਮੁੜਿਆ ਹੁੰਦਾ ਸੀਗਾ। ਫਿਰ ਮੈਨੂੰ ਕਿਸੇ ਦਿਨ ਬਾਹਰ ਸਰ ਮਿਲ ਗਏ ਸਾਡੇ ਮਿਊਜ਼ਿਕ ਵਾਲੇ, ਉਹ ਕਹਿੰਦੇ ਵੀ ਹਾਂ ਕਿਹੜਾ ਸਬਜੈਕਟ ਰੱਖਿਆ, ਪੁੱਛਣ ਲੱਗ ਗਏ। ਮੈਂ ਵੀ ਮੇਰਾ ਮਿਊਜ਼ਿਕ ਰੱਖਿਆ, ਕਹਿੰਦੇ ਤੂੰ ਕਲਾਸ ਲੱਗੀ ਤਾਂ ਦੋ ਹਫ਼ਤੇ ਹੋ ਗਏ, ਤੂੰ ਆਉਂਦਾ ਕਾਹਤੇ ਨਹੀਂ। ਮੈਂ ਕਿਹਾ ਜੀ ਮੈਂ ਹਰ ਰੋਜ਼ ਜਾਂਦਾ ਵੀ ਉੱਥੇ ਕੁੜੀਆਂ ਬੈਠੀਆਂ ਹੁੰਦੀਆਂ, ਮੈਂ ਤਾਂ ਮੁੜਿਆ ਆਉਣਾ। ਸੋ ਮੈਨੂੰ ਕਹਿੰਦੇ ਵੀ ਤੁਹਾਡੀ ਕਲਾਸ ਤਾਂ ਕੁੜੀਆਂ ਤਿੰਨ ਨੇ, ਬਾਕੀ ਸਾਰੀ ਮੁੰਡੇ ਨੇ। ਬਿਲਕੁਲ। ਫਿਰ ਮੈਂ ਕਹਿੰਦੇ ਕਿੱਥੇ ਜਾਣਾ ਹੋਣਾ ਮਾਜੀ, ਉੱਥੇ ਕਹਿੰਦੇ ਕਾਮਨ ਰੂਮ ਆ, ਕੁੜੀਆਂ ਲਈ ਆ ਸਪੈਸ਼ਲ, ਉੱਥੇ ਕੁੜੀਆਂ ਹੀ ਹੋਣਗੀਆਂ ਮਿਊਜ਼ਿਕ ਰੂਮ ਨਾਲ ਦਾ। ਫਿਰ ਮੈਂ ਉੱਥੇ ਜਾਣ ਲੱਗਿਆ ਜੀ। ਸੋ ਉੱਥੇ ਦੂਜਾ ਦਿਨ ਸੀਗਾ ਮੇਰਾ ਜਦੋਂ ਉਹਨਾਂ ਨੇ ਪੁੱਛਿਆ ਕਿ ਕੌਣ ਕੌਣ ਗਾ ਲੈਂਦਾ, ਤਾਂ ਮੇਰੇ ਨਾਲ ਦੇ ਫਰੈਂਡ ਨੇ ਕਹਿੰਦਾ ਭਾਜੀ ਸਰ ਆਹ ਗਾ ਲੈਂਦਾ ਜੀ। ਸੋ ਮੈਨੂੰ ਕਹਿੰਦੇ ਸੁਣਾ, ਮੈਂ ਗਾਣਾ ਸੁਣਾਇਆ। ਉਹ ਕਹਿੰਦੇ ਵੀ ਆਪਣੇ ਕਾਲਜ 'ਚ ਫੰਕਸ਼ਨ ਹੋਣਾ, ਇੱਕ ਤੈਨੂੰ ਉੱਥੇ ਗਵਾਉਣਾ। ਸੋ ਉਹਨਾਂ ਨੇ ਮੈਨੂੰ ਗਾਣਾ ਤਿਆਰ ਕੀਤਾ, ਮੈਂ ਗਾਇਆ। ਉਸ ਤੋਂ ਬਾਅਦ ਫਿਰ ਸ਼ੁਰੂ ਹੋਇਆ ਭਾਜੀ, ਫਿਰ ਅਸੀਂ ਐਨੂਅਲ ਫੰਕਸ਼ਨ ਦੀ ਲਾਈਨ ਹੀ ਲਾਤੀ 4 ਸਾਲ ਤੱਕ। ਹਾਂਜੀ, ਫਿਰ ਯੂਥ ਫੈਸਟੀਵਲ ਮੈਂ ਜਾਂਦਾ ਰਹਿੰਦੀ ਕਾਲਜ ਵਾਲਾ ਜਾਂਦੇ ਰਹੇ। ਉਸ ਤੋਂ ਬਾਅਦ ਹਰ ਸਾਲ ਫਿਰ ਪ੍ਰਾਈਜ਼ ਆਪਣਾ ਪੱਕਾ ਹੀ ਹੁੰਦਾ ਸੀ ਯਾਰਾਂ ਦਾ, ਨਹੀਂ ਪੱਕਾ ਤਾਂ ਆ ਜਾਂਦਾ ਸੀਗਾ ਕਿ ਵੀ ਹਰ ਸਾਲ ਮੈਂ ਪਹਿਲੇ ਲਈ ਟਰਾਈ ਕਰਦਾ ਹੁੰਦਾ ਸੀ ਕਿ ਪਹਿਲਾਂ ਕਰਨਾ, ਪਰ ਕਿਸੇ ਨਾ ਕਿਸੇ ਕਾਰਨ ਕਰਕੇ ਦੂਜਾ ਹੀ ਰਹਿੰਦਾ ਰਿਹਾ। ਪਰ ਮੈਂ ਹੈਪੀ ਹਾਂ ਕਿ ਉਹ ਦੂਜੇ ਨੇ ਮੈਨੂੰ ਹੋਰ ਮਿਹਨਤ ਕਰਨੀ ਸਿਖਾਈ, ਮੈਂ ਹੌਲੀ ਹੌਲੀ ਹੋਰ ਕੰਮ ਕਰਦਾ ਰਿਹਾ। ਸੋ ਅੱਜ ਜੋ ਵੀ ਹੈ ਉਹ ਕਾਲਜ ਦਿਨਾਂ ਕਰਕੇ ਹਾਂ, ਕਾਲਜ ਦੇ ਦਿਨਾਂ ਕਰਕੇ ਹਾਂ। ਅਤੇ ਭਾਅ ਜੀ ਕਿੱਥੇ ਨਾ ਕਿ ਤੁਸੀਂ ਆਪਣੀ ਫੈਮਿਲੀ ਨੂੰ ਤੁਹਾਡੇ ਬਹੁਤ ਸਪੋਰਟ ਕੀਤਾ ਹੈਗਾ, ਤੁਹਾਡੀ ਸਭ ਤੋਂ ਛੋਟੇ ਆਪਣੀ ਫੈਮਿਲੀ, ਤੁਹਾਡੀ 3 ਸਿਸਟਰਸ ਹੈਗੀਆਂ ਨੇ। ਹਾਂਜੀ। ਸੋ ਉਸ ਤੋਂ ਬਾਅਦ ਉਹਨਾਂ ਨੇ ਸਪੋਰਟ ਮਿਲਿਆ ਬਿਕੋਜ਼ ਡੈਡ ਤੁਹਾਡੀ ਖੇਤੀ ਕਰਦੇ, ਉਹਨਾਂ ਨੇ ਵੀ ਕਦੇ ਨਹੀਂ ਕਿਹਾ ਕਾਕਾ ਤੂੰ ਵੀ ਖੇਤੀ ਕਰ ਲੈ ਕਦੇ। ਨਹੀਂ, ਮੈਨੂੰ ਕਦੇ ਨਹੀਂ ਕਿਹਾ ਜੀ, ਮੇਰੇ ਪੇਰੈਂਟਸ ਨੇ, ਮੈਂ ਬਹੁਤ ਲੱਕੀ ਹਾਂ ਇਸ ਗੱਲ ਕਰਕੇ ਕਿ ਉਹਨਾਂ ਨੇ ਮੈਨੂੰ ਆਲਵੇਜ਼ ਸਪੋਰਟ ਕੀਤੀ ਹੈ, ਕਿਉਂਕਿ ਉਹ ਮੈਨੂੰ ਇਹੀ ਕਹਿੰਦੇ ਸੀ ਕਿ ਵੀ ਟਾਈਮ ਆ ਜੋ ਤੇਰਾ ਦਿਲ ਕਰਦਾ ਤੂੰ ਉਹ ਕਰ। ਸੋ ਮੈਂ ਬਹੁਤ ਲੱਕੀ ਹਾਂ ਕਿ ਮੈਨੂੰ ਮੇਰੇ ਮੰਮੀ ਡੈਡੀ ਨੇ ਬਹੁਤ ਸਪੋਰਟ ਕੀਤੀ, ਸਾਰਿਆਂ ਨੇ, ਫਰੈਂਡਸ ਨੇ ਬਹੁਤ ਸਪੋਰਟ ਕੀਤੀ ਹੈ, ਦੋਸਤ। ਜਦੋਂ ਮੇਰੀ ਐਲਬਮ ਆਉਣੀ ਸੀ ਮੇਰੇ ਨਾਲ, ਕਈਆਂ ਨੇ ਪੋਸਟਰ ਲਵਾਏ, ਕਈਆਂ ਨੇ ਸਪੈਸ਼ਲੀ ਜਾ ਕੇ ਲੋਕਾਂ ਨੂੰ ਦੱਸਿਆ। ਕਿਤੇ ਕਿਤੇ ਕੋਈ ਫੰਕਸ਼ਨ ਹੁੰਦਾ ਸੀ ਜਿਹਦੀ ਵੀ ਜਾਣ ਪਹਿਚਾਣ ਹੁੰਦੀ ਸੀਗੀ, ਉਹ ਮੈਨੂੰ ਇੰਟਰੋਡਿਊਸ ਕਰਦਾ ਸੀ ਕਿ ਪਹਿਲਾਂ ਇਹ ਗਾਊਗਾ, ਸਾਡਾ ਦੋਸਤ ਹੈ, ਇਹਦੀ ਐਲਬਮ ਆਉਣ ਵਾਲੀ ਹੈ। ਸੋ ਹਰ ਇੱਕ ਬੰਦੇ ਨੇ ਸਪੋਰਟ ਕੀਤਾ ਜੀ ਉਸ ਟਾਈਮ ਮੈਨੂੰ। ਅੱਛਾ ਭਾਈ, ਆਪਣਾ ਸੌਂਗ ਸੀ ਬਾਪੂ ਜ਼ਿੰਮੇਦਾਰ, ਠੀਕ ਹੈ, ਉਹਨੇ ਭਾਅ ਜੀ ਪੂਰੇ ਦੇਸ਼ ਵਿਦੇਸ਼ ਹੀ ਧੂਮਾਂ ਪਾਤੀਆਂ, ਦਿੱਲੀ ਦੇ ਕਲੱਬਾਂ ਵਿੱਚ, ਬੱਸਾਂ ਵਿੱਚ, ਏਅਰਪੋਰਟ 'ਤੇ, ਹਰ ਜਗ੍ਹਾ 'ਤੇ ਬਾਪੂ ਜ਼ਿੰਮੇਦਾਰ ਰਿਪੀਟ 'ਤੇ ਰਿਪੀਟ ਜੀ। ਸੋ ਭਾਅ ਜੀ ਦੋ ਲਾਈਨਾਂ ਹੋ ਜਾ। ਹਾਂਜੀ, ਉਹ ਗਾਣਾ ਇੱਦਾਂ ਸੀ ਕਿ ਜਦੋਂ ਅਸੀਂ ਬਣਾਇਆ ਸੀ ਗਾਣਾ, ਉਦੋਂ ਸੋਚਿਆ ਨਹੀਂ ਸੀ, ਉਹ ਬਣਾਇਆ ਸੀ ਲੈਂਸਰ 2। ਉਹ ਗਾਣਾ ਸ਼ੁਰੂ ਇੱਦਾਂ ਹੁੰਦਾ ਸੀ, ਫਿਰ ਉਹ ਕੱਟਤਾ ਸੀਗਾ ਬਾਅਦ, ਕਹਿੰਦਾ ਉਹਨੇ ਮਹਿੰਗੀ ਜੀ ਕਲੋਨੀ ਵਿੱਚ ਕੋਠੀ ਪਾਈ ਆ, ਤੇ ਸਾਡਾ ਪਿੰਡ ਦੇ ਵਿਚਾਲੇ ਇੱਕ ਨਿੱਕਾ ਜਿਹਾ ਮਕਾਨ, ਉਹ ਸ਼ੋਪਿੰਗ ਨੂੰ ਜਾਵੇ, ਉਹ ਸ਼ੋਪਿੰਗ ਨੂੰ ਜਾਵੇ, ਤੇ ਮੈਂ ਭੱਠਿਆਂ ਨੂੰ ਜਾਵਾਂ, ਜਦ ਸੂਰਜ ਜਨਾਬ ਖੜ ਜਾਂਦੇ ਇੱਕ ਤਾਣ, ਇਹਨਾਂ ਗੱਲਾਂ ਕਰਕੇ ਤਾਂ ਜੱਟ ਮੰਮੀ ਬੈਠਾ ਹੈ, ਉਹ ਡੈਡੀ ਜੀ ਦੇ ਕੈਸ਼ ਉੱਤੇ ਕਰੀ ਜਾਵੇ ਐਸ਼, ਬਾਪੂ ਜੀ ਵੀ ਦਾਰ ਕਿੱਥੋਂ ਲੈ ਕੇ ਦੇਵੇ ਕਾਰ, ਉਹ ਡੈਡੀ ਜੀ ਦੇ ਕੈਸ਼ ਉੱਤੇ ਕਰੀ ਜਾਵੇ ਐਸ਼, ਬਾਪੂ ਜੀ ਵੀ ਦਾਰ ਕਿੱਥੋਂ ਲੈ ਕੇ ਦੇਵੇ ਕਾਰ। ਸੋ ਇਹ ਗਾਣਾ ਇੱਦਾਂ ਸੀਗਾ, ਇਹ ਲੈਂਸਰ 2 ਬਣਾਉਣ ਦੀ ਟਰਾਈ ਕੀਤੀ ਸੀਗੀ ਇਹਨੂੰ, ਪਰ ਮੈਂ ਸ਼ਾਹ ਜੀ ਨੂੰ ਭੇਜਿਆ, ਮੈਂ ਕਿਹਾ ਸ਼ਾਹ ਜੀ ਕਹਿੰਦੇ ਵੀ ਇਹਨੂੰ ਇੱਥੋਂ ਨਹੀਂ ਸ਼ੁਰੂ ਕਰਨਾ, ਇਹਨੂੰ ਆਪਾਂ ਇੱਥੋਂ ਸ਼ੁਰੂ ਕਰਾਂਗੇ ਵੀ, ਮੈਂ ਤਾਂ ਚੇਤਕ ਲਿਆ ਸੀ ਵੱਲੋਂ ਅੱਡ ਕੇ। ਸੋ ਮੈਂ ਕਿਹਾ ਜੀ ਫਿਰ ਇੱਦੋਂ ਤਿਆਰ ਕਰ ਲੈਂਦਾ ਜੀ। ਸੋ ਗਾਣਾ ਬਹੁਤ ਛੋਟਾ ਬਣਿਆ ਹੋਇਆ ਸੀਗਾ, ਅਤੇ ਕਦੇ ਸੋਚਿਆ ਨਹੀਂ ਸੀ ਵੀ ਇਹ ਦਿੱਲੀ ਦੇ ਕਲੱਬਾਂ 'ਚ ਹੀ ਵੱਜੂਗਾ, ਇੱਥੇ ਹੀ ਵੱਜੂਗਾ। ਉਹ ਸਿਰਫ ਇੱਕ ਦੇਸੀ ਗਾਣਾ ਸੀਗਾ, ਆਲਵੇਜ਼ ਟਰਾਈ ਕਰਦਾ ਸੀ ਕਿ ਕਲੱਬ ਲਈ ਕੋਈ ਬੀਟ ਦੂਜੀ ਹੋਰ ਬਣਾਈਏ, ਪਰ ਇਹ ਨਹੀਂ ਪਤਾ ਸੀ ਕਿ ਇਹ ਗਾਣੇ ਸਿਰ 'ਤੇ। ਮੈਂ ਲੱਗਦਾ ਬਾਹਰਲੀ ਕੰਟਰੀ 'ਚ ਘੁੰਮਣੇ ਸੀ, ਨੌਰਥ ਇੰਡੀਆ ਸਾਰਾ, ਬੰਬੇ ਵੀ ਚੱਲਦਾ, ਕੇਰਲਾ ਵੀ ਚੱਲਦਾ, ਹਰ ਇੱਕ ਜਗ੍ਹਾ 'ਤੇ ਚੱਲਦਾ। ਮੈਂ ਜਿੱਥੇ ਜਿੱਥੇ ਪੰਜਾਬੀ ਵੱਸਦੇ, ਜਿੱਥੇ ਪੰਜਾਬੀ ਪਾਰਟੀਆਂ ਹੁੰਦੀਆਂ ਨੇ, ਉੱਥੇ ਹਰ ਜਗ੍ਹਾ ਚੱਲਦਾ ਗਾਣਾ। ਭਾਅ ਜੀ ਆਪਾਂ ਗੱਲ ਕਰ ਰਹੇ ਸੌਂਗਸ ਦੀਆਂ, ਕਿਉਂਕਿ ਸਿੰਗਰ ਵਾਸਤੇ ਆਉਂਦਾ ਕਿ ਉਹਨੂੰ ਉਹਦੀ ਸਫਲਤਾ, ਜਿਹੜਾ ਉਹਨੇ ਮਿਹਨਤ ਕੀਤੀ ਆ, ਉਹ ਦਿਖਣੀ ਚਾਹੀਦੀ ਹੈਗੀ ਹੈ। ਤਾਂ ਤੁਸੀਂ ਅਕਸਰ ਕਹਿੰਦੇ ਹੈਗੇ ਹੋ ਕਿ ਜਿਹੜੇ ਮਤਲਬ ਗਾਣਾ ਕੋਈ ਗਾਉਂਦਾ ਹੈਗਾ ਤੇ ਉਹਦਾ ਸ਼੍ਰੇਅ ਹਮੇਸ਼ਾ ਅਕਸਰ ਕੋਈ ਹੋਰ ਲੈ ਜਾਂਦਾ ਹੈਗਾ ਵੈ, ਸੋ ਇਦਾਂ ਨਹੀਂ ਹੋਣਾ ਚਾਹੀਦਾ ਹੈਗਾ। ਨਹੀਂ, ਮੈਂ ਉਹ ਗੱਲ ਕਰਦਾ ਹਾਂ ਕਿ ਹਰ ਬੰਦਾ ਕਹਿੰਦਾ ਕਿ ਤੁਸੀਂ ਭਾਅ ਜੀ ਗਾਉਂਦੇ ਵੀ ਵੀਡੀਓ 'ਚ
ਪਹਿਚਾਣਦੇ ਆ ਲੋਕ ਉੱਥੇ ਸ਼ਕਲ ਪਹਿਚਾਣਨੀ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਬੰਦਾ ਮਿਹਨਤ ਕਰਦਾ ਉਹਦਾ ਅੱਗੇ ਆਉਣਾ ਜ਼ਰੂਰੀ ਹੈ ਪਤਾ ਲੱਗਣਾ ਚਾਹੀਦਾ ਲੋਕਾਂ ਨੂੰ ਕਿ ਇਹ ਬੰਦਾ ਇਹਦੀ ਆਵਾਜ਼ ਆ ਸੋ ਕਿਉਂਕਿ ਘੁੰਮ ਘੁੰਮਾ ਕੇ ਇਹੀ ਚੀਜ਼ ਰਹਿੰਦੀ ਹੈ ਤੁਹਾਡੇ ਕੋਲ ਇੱਕ ਵੀ ਜਦ ਤੁਸੀਂ ਬਾਹਰ ਜਾਂਦੇ ਹੋ ਤੁਹਾਨੂੰ 10 ਜਾਣੇ ਅਗਰ ਤੁਹਾਨੂੰ ਜਾਣਦੇ ਆ ਸੋ ਉਹੀ ਤੁਹਾਨੂੰ ਲੱਗਦਾ ਕਿ ਤੁਸੀਂ ਇੱਕ ਦੁਨੀਆ ਤੋਂ ਵੱਖਰੇ ਜਾਂ ਤੁਸੀਂ ਕੋਈ ਚੰਗਾ ਕੰਮ ਕੀਤਾ ਸੋ ਮੈਂ ਇਹ ਸੋਚਦਾ ਨਾ ਕਿ ਜਿਹੜਾ ਵੀ ਬੰਦਾ ਜਿਹੜਾ ਵੀ ਗਾਉਂਦਾ ਉਹਦਾ ਮੂਹਰੇ ਆਉਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਸੋ ਭਾਜੀ ਹਮੇਸ਼ਾ ਤੁਸੀਂ ਅਕਸਰ ਇਹ ਵੀ ਦੇਖਿਆ ਜਾਂਦਾ ਕਿ ਜਦ ਤੁਸੀਂ ਲਾਈਨ 'ਚ ਆਏ ਤੁਸੀਂ ਸੋਸ਼ਲ ਮੀਡੀਆ ਜਿਹੜਾ ਹੈਗਾ ਵਾ ਤੁਹਾਡੇ ਨਾਲ ਨਾਲ ਹੀ ਚੱਲਦਾ ਰਿਹਾ ਹੈਗਾ ਵਾ ਅਤੇ ਸੋਸ਼ਲ ਮੀਡੀਆ ਦੋ ਬੰਦੇ ਹਮੇਸ਼ਾ ਆਉਂਦੇ ਨੇ ਇੱਕ ਚੰਗੇ ਕਮੈਂਟ ਕਰਨ ਵਾਲੇ ਇੱਕ ਮਾੜੇ ਕਮੈਂਟ ਇੱਕ ਤੀਸਰੀ ਸ਼੍ਰੇਣੀ ਹੁੰਦੀ ਜਿਹੜੀ ਬਿਨਾਂ ਗਾਲਾਂ ਤੋਂ ਕਦੀ ਕੰਮ ਨਹੀਂ ਕਰਦੀ ਭਾਜੀ ਉਹਨਾਂ ਲਈ ਕੁਛ ਨਹੀਂ ਕਹਿ ਸਕਦੇ ਕਿਉਂਕਿ ਮੈਂ ਸੋਚਦਾ ਨਾ ਕਿ ਰੱਬ ਨੇ ਸਭ ਨੂੰ ਕੋਈ ਨਾ ਕੋਈ ਕੰਮ ਦਿੱਤਾ ਹੋਇਆ ਕੋਈ ਕੀ ਕੰਮ ਕਰ ਰਿਹਾ ਕੋਈ ਕੀ ਕੰਮ ਕੀਤਾ ਮੈਨੂੰ ਲੱਗਦਾ ਸ਼ਾਇਦ ਰੱਬ ਨੇ ਉਹਨਾਂ ਨੂੰ ਇਹ ਕੰਮ ਦਿੱਤਾ ਵੀ ਤੁਸੀਂ ਬੈਠੇ ਗਾਲਾਂ ਕੱਢੀ ਜਾਓ ਲੋਕਾਂ ਨੂੰ ਸੋਸ਼ਲ ਮੀਡੀਆ ਨੂੰ ਅਗਰ ਤੁਸੀਂ ਸਹੀ ਯੂਜ਼ ਕਰੋ ਤਾਂ ਬਹੁਤ ਵਧੀਆ ਚੀਜ਼ ਆ ਪਰ ਆਪਣੇ ਲੋਕਾਂ ਨੂੰ ਜਿਵੇਂ ਪਤਾ ਨਹੀਂ ਯੂਜ਼ ਨਹੀਂ ਕਰਨਾ ਤਾਂ ਪਤਾ ਨਹੀਂ ਉਹਨਾਂ ਨੂੰ ਇਹ ਲੱਗਦਾ ਕਿ ਇਹ ਚੀਜ਼ ਦੇ ਨਾਲ ਸਾਡੀ ਪਤਾ ਨਹੀਂ ਕਿੰਨੀ ਕੁ ਸ਼ੇਖੀ ਬਣਦੀ ਆ ਜਾਂ ਇਹ ਚੀਜ਼ ਨਾਲ ਟੌਰ ਬਣਦੀ ਆ ਕਿ ਆਪਣੀ ਆਪਣੀ ਸੋਚ ਹੁੰਦੀ ਆ ਮੈਨੂੰ ਲੱਗਦਾ ਦੇਖੋ ਹੁਣ ਅਗਰ ਨੋਰਮਲ ਜੀ ਐਗਜ਼ਾਮਪਲ ਆ ਵੀ ਕੋਈ ਵੀ ਚੀਜ਼ ਆਉਂਦੀ ਆ ਤੁਹਾਨੂੰ ਨਹੀਂ ਚੰਗੀ ਲੱਗਦੀ ਤਾਂ ਇਹ ਤਾਂ ਹੈ ਨਹੀਂ ਵੀ ਇਕੱਲਾ ਇੱਕੋ ਹੀ ਸਿੰਗਰ ਆ ਜਾਂ ਇੱਕੋ ਹੀ ਬੰਦਾ ਤੁਸੀਂ ਛੱਡੋ ਉਹਨੂੰ ਹੋਰ ਸੁਣ ਲਓ ਕਿੰਨੇ ਸਿੰਗਰ ਨੇ ਕਿੰਨੀ ਗਾਉਣੇ ਵਾਲੇ ਨੇ ਕਿੰਨੇ ਗਾਣੇ ਆਉਂਦੇ ਦਿਨ ਦੇ ਵਿੱਚ ਸੋ ਮੈਨੂੰ ਨਹੀਂ ਲੱਗਦਾ ਮੈਂ ਹੁਣ ਮੰਨ ਲਓ ਜੇ ਮੈਨੂੰ ਲਕਸ ਸਾਬਣ ਨਹੀਂ ਵਧੀਆ ਲੱਗਦਾ ਹੈਗਾ ਤਾਂ ਮੈਂ ਥੋੜ੍ਹਾ ਜਿਹਾ ਕੇ ਲਕਸ ਵਾਲਿਆਂ ਨੂੰ ਗਾਲਾਂ ਕੱਢੂੰਗਾ ਵੀ ਲਕਸ ਵਧੀਆ ਨਹੀਂ ਜੀ ਇਹ ਨਹੀਂ ਕਿ ਮੈਂ ਹੋਰ ਯੂਜ਼ ਕਰ ਲੂੰਗਾ ਸੋ ਇਹਦੇ ਵਿੱਚ ਇਹ ਇਹ ਸਮਝਦੇ ਨਹੀਂ ਗੇ ਲੋਕਾਂ ਨੂੰ ਮਿਲਦਾ ਇੱਦਾਂ ਕਈ ਕਈ ਸਾਰਿਆਂ ਦੀ ਗੱਲ ਨਹੀਂ ਕਰਦਾ ਬਹੁਤ ਲੋਕ ਇੰਨੇ ਜੈਨੂਨ ਹੁੰਦੇ ਆ ਉਹ ਜਦੋਂ ਮਿਲਦੇ ਆ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਮਿਲਦੇ ਆ ਅਤੇ ਬਾਕੀ ਹੁਣ ਆਪਣੀ ਆਪਣੀ ਸੋਚ ਆ ਜੀ ਕੁਛ ਕਹਿ ਨਹੀਂ ਸਕਦੇ ਸਪੈਸ਼ਲੀ ਇੱਕ ਮੈਂ ਹੋਰ ਕਹਿਣਾ ਚਾਹੁੰਦਾ ਕਿ ਤੁਹਾਡੇ ਦਰਸ਼ਕਾਂ ਨੂੰ ਜਿਹੜੇ ਫੈਨਸ ਨੇ ਉਹ ਜਦੋਂ ਸ਼ੋਅ ਵਗੈਰਾ ਕਰਕੇ ਨਿਕਲਦੇ ਆ ਤਾਂ ਬਹੁਤ ਸਾਰੇ ਲੋਕ ਪਿੱਛੇ ਮੋਟਰਸਾਈਕਲ ਲਾ ਕੇ ਆ ਜਾਂਦੇ ਆ ਵੀ ਸਾਡੇ ਨਾਲ ਫੋਟੋ ਕਰਾਓ ਹਾਂ ਗੱਡੀ ਲਾ ਕੇ ਉਹ ਚੀਜ਼ ਦੇ ਵਿੱਚ ਖਤਰਾ ਇੱਕ ਤਾਂ ਇਹ ਰਹਿੰਦਾ ਕਿ ਤਾਂ ਉਹਨਾਂ ਦੀ ਆਪਣੇ ਤੇਜ਼ ਭਜਾਉਂਦੇ ਆ ਸੱਟ ਵੀ ਲੱਗ ਸਕਦੀ ਹੈ ਦੂਜਾ ਇਹ ਵੀ ਹੁੰਦਾ ਕਿ ਉਹ ਇਹ ਨਹੀਂ ਸਮਝਦੇ ਹੈਗੇ ਕਿ ਕੋਈ ਵੀ ਬੰਦਾ ਤੁਹਾਨੂੰ ਰਸਤੇ 'ਚ ਰੋਕ ਕੇ ਤੁਹਾਡੇ ਨਾਲ ਕੁਛ ਵੀ ਕਰ ਸਕਦਾ ਠੀਕ ਹੈ ਜੀ ਤੁਸੀਂ ਕਿਵੇਂ ਰੋਕ ਸਕਦੇ ਹੋ ਤੁਹਾਡੀ ਸਿਕਿਉਰਿਟੀ ਨਹੀਂ ਹੈਗੀ ਤੁਸੀਂ ਇਕੱਲੇ ਹੋ ਸੋ ਮੈਂ ਵੀ ਰਿਕੁਐਸਟ ਕਰਦਾ ਬਾਈ ਜੀ ਵੀ ਹੱਥ ਜੋੜ ਕੇ ਬੇਨਤੀ ਹੈ ਜਿੰਨਾ ਤੁਸੀਂ ਪਿਆਰ ਕਰਦੇ ਹੋ ਅਸੀਂ ਵੀ ਤੁਹਾਨੂੰ ਉਨਾ ਹੀ ਪਿਆਰ ਕਰਦੇ ਹਾਂ ਪਰ ਇੱਦਾਂ ਨਾ ਕਰਿਆ ਕਰੋ ਤਾਂ ਕਿ ਜਿਹੜਾ ਸਾਨੂੰ ਵੀ ਨੁਕਸਾਨ ਹੋਵੇ ਜਿਸ ਚੀਜ਼ ਦਾ ਜਾਂ ਤੁਹਾਨੂੰ ਨੁਕਸਾਨ ਹੋਵੇ ਸੋ ਇਹ ਚੀਜ਼ ਅਸੀਂ ਬਹੁਤ ਸਫ਼ਰ ਕਰਨੀ ਪੈਂਦੀ ਸਾਨੂੰ ਆਲਵੇਜ਼ ਸੋ ਆਲਵੇਜ਼ ਹੀ ਕਹਿੰਦੇ ਵੀ ਹਾਂ ਹਰ ਇੰਟਰਵਿਊ 'ਚ ਕਹਿੰਦੇ ਹਾਂ ਹਰ ਜਿੱਥੇ ਵੀ ਸ਼ੋਅ ਕਰਦੇ ਉੱਥੇ ਵੀ ਕਹਿੰਦੇ ਹਾਂ ਪਰ ਹਜੇ ਹੌਲੀ ਹੌਲੀ ਮਤਲਬ ਸਮਝ ਆਉਣ ਲੱਗੀ ਨਹੀਂ ਗੀ ਲੋਕਾਂ ਨੂੰ ਫਿਰ ਵੀ ਉਹ ਸਾਰਾ ਕੁਛ ਉਮੀ ਕਰਦੇ ਆ ਦੋਸਤੋ ਕਦੇ ਵੀ ਇੱਦਾਂ ਪਿੱਛੇ ਨਾ ਜਾਇਆ ਕਰੋ ਤੁਹਾਡੀ ਬਿਕੋਜ਼ ਆਪਣੀ ਵੀ ਸਿਕਿਉਰਿਟੀ ਪਰਸਨਲ ਹੁੰਦੀ ਭਾਜੀ ਦੀ ਵੀ ਬਹੁਤ ਹੁੰਦੀ ਹੈਗੀ ਹੈ ਬਿਕੋਜ਼ ਜੇ ਭਾਜੀ ਹੈਗੇ ਅਸੀਂ ਤਾਂ ਹੀ ਭਾਜੀ ਦੀ ਆਵਾਜ਼ ਨੂੰ ਸੁਣ ਰਹੇ ਹੈਗੇ ਹਾਂ ਸਭ ਕੁਝ ਹੈਗੇ ਪਰਮਾਤਮਾ ਨੂੰ ਲੰਬੀ ਉਮਰ ਦਵੇ ਇੱਦਾਂ ਦਾ ਕੰਮ ਕਦੀ ਨਾ ਕਰਿਆ ਕਿ ਇਹ ਨਾ ਸੋਚੋ ਕਿ ਅਸੀਂ ਇਹਨਾਂ ਨੂੰ ਬਣਾਇਆ ਅਸੀਂ ਭਾਜੀ ਨੇ ਬਹੁਤ ਮਿਹਨਤ ਕੀਤੀ ਇੱਥੇ ਤੱਕ ਪਹੁੰਚਣ ਦੇ ਲਈ ਸੋ ਆਪਣਾ ਸਪੋਰਟ ਤਾਂ ਸਾਰਿਆਂ ਦਾ ਅਸੀਂ ਭਾਈਚਾਰਾ ਇੱਕ ਫੈਮਿਲੀ 'ਚ ਅਗਰ ਸਾਡਾ ਕੋਈ ਵੱਡਾ ਬੰਦਾ ਕੋਈ ਉੱਪਰ ਸਟਾਰ ਬਣ ਜਾਂਦਾ ਹੈਗਾ ਤੁਹਾਡੀ ਪੂਰੀ ਫੈਮਿਲੀ ਦਾ ਯੋਗਦਾਨ ਅਸੀਂ ਪੰਜਾਬ ਵਿੱਚ ਰਹਿੰਦੇ ਅਸੀਂ ਪੰਜਾਬੀ ਹਾਂ ਅਤੇ ਸਾਡਾ ਸਾਰਾ ਦਾ ਯੋਗਦਾਨ ਸਾਨੂੰ ਖੁਸ਼ੀ ਹੈ ਸਾਡਾ ਪ੍ਰਾਈਸ ਲੈਵਲ 'ਤੇ ਹੈਗਾ ਅਤੇ ਸਾਨੂੰ ਇੱਦਾਂ ਜਿਹਾ ਬੈਸਟ ਫਿਲਮਾਂ ਅਤੇ ਇਹਨਾਂ ਦੀ ਸਿੰਗਿੰਗ ਸੁਣਨ ਨੂੰ ਮਿਲਦੀ ਰਹੇਗੀ ਅਤੇ ਇੱਕ ਵਾਕਿਆ ਭਾਅ ਜੀ ਮੈਂ ਗੱਲ ਛੇੜਨਾ ਨਹੀਂ ਚਾਹੁੰਦਾ ਸੀ ਇੱਕ ਉਹ ਜਿਹੜਾ ਆਪਣਾ ਵਾਕਿਆ ਲਾਸਟ ਟਾਈਮ ਤੋਂ ਐਸੇ ਤੁਸੀਂ ਐਕਸਟਰਾ ਕਰਾ ਕੇ ਬਾਹਰ ਆ ਰਹੇ ਸੀ ਗੱਡੀ ਇੰਟਰਵਿਊ ਸੁਣੀ ਹੋਈ ਹੈ ਹਾਂ ਦੈਨ ਉਹ ਵੀ ਪ੍ਰੋਬਲਮ ਐਸੇ ਅਤੇ ਉਸ ਤੋਂ ਇਲਾਵਾ ਵੀ ਭਾਅ ਜੀ ਰੋੜੇ ਵਾਲਾ ਕਿਤੇ ਕਰਕੇ 20 ਦੇਖੇ ਨੇ ਉਹ ਮੈਂ ਦੱਸ ਉਹ ਪੁਰਾਣੀ ਇੱਕ ਪਿਛਲੇ ਸਾਲ ਦੀ ਵੀਡੀਓ ਸੀਗੀ ਜੀ ਅਸੀਂ ਮੈਂ ਅਤੇ ਬੱਬਲ ਪਰਫਾਰਮ ਕਰ ਰਹੇ ਸੀ ਐਂਡ ਵਾਲੇ 5 ਮਿੰਟ ਰਹਿੰਦੇ ਸੀਗੇ ਸ਼ੋਅ ਖਤਮ ਹੋਣ ਦੇ ਵਿੱਚ ਉਹ ਕਾਲਜ ਦਾ ਸ਼ੋਅ ਸੀ ਕੋਈ ਸ਼ਰਾਬ ਸ਼ਰੂਬ ਪੀ ਕੇ ਆਇਆ ਸੀਗਾ ਪਿੱਛੋਂ ਉਹਨੇ ਐਡਾ ਵੱਡਾ ਰੋੜਾ ਮਾਰਿਆ ਸਟੇਜ 'ਤੇ ਜੀ ਉਹ ਸਟੇਜ 'ਤੇ ਮੈਂ ਗਾ ਰਿਹਾ ਮੇਰੇ ਕੋਲ 'ਚ ਨਿਕਲੇ ਸਾਡੇ ਪਿੱਛੇ ਮਿਊਜ਼ੀਸ਼ੀਅਨ 'ਤੇ ਜਾ ਕੇ ਹੱਥ 'ਤੇ ਲੱਗਿਆ ਅਤੇ ਮੈਂ ਸਿਰਫ ਉੱਥੇ ਖੜਾ ਇਹ ਕਹਿ ਰਿਹਾ ਸੀ ਵੀ ਜੇ ਤੈਨੂੰ ਕਿਸੇ ਨੂੰ ਵੀ ਪ੍ਰੋਬਲਮ ਆ ਤਾਂ ਤੂੰ ਸਟੇਜ 'ਤੇ ਆ ਕੇ ਦੱਸ ਦੇ ਮੈਨੂੰ ਪ੍ਰੋਬਲਮ ਬਾਕੀਆਂ ਦਾ ਸਵਾਦ ਨਾ ਖਰਾਬ ਕਰ ਬਾਕੀ ਨੱਚਣ ਲੱਗੇ ਨੇ ਕਿਉਂ ਅਸੀਂ ਆਏ ਹਾਂ ਉੱਥੇ ਸਭ ਨੂੰ ਐਂਟਰਟੇਨ ਕਰਨਾ ਹੈ ਬਾਕੀ ਨੱਚਣ ਦੇ ਅਤੇ ਦਾਰੂ ਪੀਤੀ ਜੋ ਕਹਿੰਦਾ ਵੀ ਮੈਂ ਇੱਥੇ ਆ ਕਹਿੰਦਾ ਬਿਲਕੁਲ ਮੈਂ ਕਿਹਾ ਵੀ ਇੱਥੇ ਤੂੰ ਆ ਕੇ ਦੱਸ ਲੋਕਾਂ ਨੂੰ ਵੀ ਤੈਨੂੰ ਪ੍ਰੋਬਲਮ ਆ ਇਹ ਗੱਲ 'ਤੇ ਵੀ ਤੂੰ ਆ ਕੇ ਦੱਸ ਵੀ ਤੁਹਾਨੂੰ ਪ੍ਰੋਬਲਮ ਆ ਭਾਜੀ ਵੀ ਮੈਨੂੰ ਆਹ ਪ੍ਰੋਬਲਮ ਤੂੰ ਦੱਸ ਦੇ ਅਤੇ ਉਹ ਨਹੀਂ ਆਇਆ ਅਤੇ ਮੈਨੂੰ ਕਰੀ ਜਾਵੇ ਇੱਥੇ ਆ ਜਾਓ ਤਾਂ ਮੈਂ ਉਹਨੂੰ ਆਹ ਗੱਲ ਕਹੀ ਸੀ ਮੈਂ ਕਿਹਾ ਵੀ ਗੱਲ ਸੁਣ ਵੀ ਤੇਰੇ ਵਰਗੇ ਵੀ ਐਂ ਨਤੰਗ ਕਰ ਵੀ ਤੇਰੇ ਵਰਗੇ ਵੀ ਜਿਵੇਂ ਆਪਾਂ ਬੋਲ ਕਿਉਂਕਿ ਜੋ ਮਰਜ਼ੀ ਹੈ ਭਾਜੀ ਇਹ ਤਾਂ ਨਹੀਂ ਤੁਹਾਡੇ ਕੋਈ ਥੱਪੜ ਮਾਰੇ ਮੂਹਰੇ ਤੁਸੀਂ ਕਹੋਗੇ ਭਾਜੀ ਦੂਜਾ ਵੀ ਮਾਰ ਲਓ ਕੋਈ ਚੱਕਰ ਨਹੀਂ ਹੈ ਨਾ ਹਰ ਬੰਦੇ ਨੂੰ ਗੁੱਸਾ ਆਉਂਦਾ ਤੁਹਾਡੇ ਰੋੜਾ ਵੱਜਿਆ ਹੋਵੇ ਮੈਨੂੰ ਉਸ ਟਾਈਮ ਗੁੱਸਾ ਆਇਆ ਉਸ ਟਾਈਮ ਪਰਫਾਰਮ ਆਲਰੇਡੀ ਬੰਦਾ ਕਰਕੇ ਥੱਕਿਆ ਹੁੰਦਾ ਪਰਫਾਰਮ ਕਰ ਰਹੇ 5 ਮਿੰਟ ਰਹਿੰਦੇ ਸੀਗੇ ਪਰ ਉਹ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਜਿਹੜੀ ਗੱਲ ਕਰਦੇ ਸੀ ਉਹਦੀ ਗੱਲ ਕਰਨ ਲੱਗਿਆ ਕਿਉਂਕਿ ਲੋਕਾਂ ਨੂੰ ਕੋਈ ਮਤਲਬ ਨਹੀਂ ਕੀ ਹੋਇਆ ਕੀ ਨਹੀਂ ਮੈਂ ਤਾਂ ਵੈਸੇ ਗੌਰ ਨਹੀਂ ਕਰਦਾ ਮੈਨੂੰ ਆਉਂਦਾ ਵੀ ਜੋ ਹੁੰਦਾ ਹੋਈ ਜਾਵੇ ਤੁਸੀਂ ਆਪਣੇ ਵੱਲੋਂ
ਜ਼ਬਰਦਸਤੀ ਕਰਦਾ ਹੀ ਹੁੰਦਾ ਸ਼ੋਅ ਨੂੰ ਖਰਾਬ ਕਰਨ ਦਾ ਟਾਈਮ ਚਾਹੀਦਾ ਹੁੰਦਾ ਤੇ ਲੋਕਾਂ ਨੂੰ ਇਹ ਕੋਈ ਜ਼ਿੰਮੇਵਾਰੀ ਨਹੀਂ ਕੋਈ ਮਤਲਬ ਨਹੀਂ ਵੀ ਕੀ ਹੋਇਆ ਸੀ ਕੀ ਨਹੀਂ ਪਹਿਲਾਂ ਕੀ ਹੋਇਆ ਸੀ ਬਾਅਦ ਚੋਂ ਕੀ ਹੋਇਆ ਸੀ ਬਸ ਟਾਈਟਲ ਇੱਕ ਨਾ ਯੂਟਿਊਬ ਤੇ ਬਹੁਤ ਜ਼ਿਆਦਾ ਆਪਣੇ ਲੋਕ ਆਪਣਾ ਪੇਜ ਆਪਣੇ ਆਪ ਨੂੰ ਪ੍ਰਮੋਟ ਕਰਨ ਦੇ ਲਈ ਨਹੀਂ ਟਾਈਟਲ ਐਡਾ ਵੱਡਾ ਬਣਾ ਕੇ ਲਿਖਣਗੇ ਵੀ ਇੱਦਾਂ ਹੋਇਆ ਸੀ ਆਹ ਹੋ ਗਿਆ ਆਹ ਹੋ ਗਿਆ ਵੀ ਲੋਕ ਜਾ ਕੇ ਦੇਖਣ ਤੇ ਉਹ ਲੋਕ ਕਈ ਤਾਂ ਵੀਡੀਓ ਵੀ ਨਹੀਂ ਦੇਖਦੇ ਕਿ ਜਾਂਦੀ ਸਾਰ ਬਸ ਟਾਈਟਲ ਪੜ੍ਹ ਕੇ ਥੱਲੇ ਕਮੈਂਟ ਕਰਨਾ ਸ਼ੁਰੂ ਕਰ ਦਿੰਦੇ ਪਰ ਉਹ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ ਕਿ ਸਭ ਨੂੰ ਆਪਣਾ ਆਪਣਾ ਕੰਮ ਮਿਲਿਆ ਮੈਨੂੰ ਲੱਗਦਾ ਸ਼ਾਇਦ ਰੱਬ ਨੇ ਉਹਨਾਂ ਨੂੰ ਕੰਮ ਇਹ ਦਿੱਤਾ ਹੋਇਆ ਕਿ ਤੁਸੀਂ ਬੈਠੇ ਬਸ ਨਕੋਚਾਂ ਕੱਢੀ ਜੇ ਦੂਜੇ ਦੇ ਕੰਮਾਂ 'ਚ ਤੁਹਾਡਾ ਕੰਮ ਸੋ ਆਪਾਂ ਮੈਂ ਪਰ ਇਹ ਚੀਜ਼ਾਂ ਗੌਰਦਾ ਨਹੀਂ ਮੈਨੂੰ ਇੱਦਾਂ ਹੁੰਦਾ ਕਿ ਤੁਸੀਂ ਆਪਣੇ ਵੱਲੋਂ ਕੰਮ ਕਰੀ ਜਾਓ ਆਪਣਾ ਵਧੀਆ ਕੰਮ ਕਰੋ ਜੋ ਹੁੰਦਾ ਉਹ ਰੱਬ ਨੂੰ ਪਤਾ ਤੁਸੀਂ ਆਪਣੇ ਵੱਲੋਂ ਉਹਨਾਂ ਨੂੰ ਐਂਟਰਟੇਨ ਲਈ ਐਂਟਰਟੇਨ ਕਰਨ ਦੇ ਲਈ ਕੰਮ ਕਰਦੇ ਹੋ ਉਹ ਆਲਵੇਜ਼ ਕਰਦੇ ਰਹੋ ਆਪਣੇ ਵੱਲੋਂ ਚੰਗਾ ਕਰਨ ਦੀ ਟਰਾਈ ਕਰਦੇ ਰਹੋ ਤਾਂ ਤੁਸੀਂ ਹਮੇਸ਼ਾ ਆਪਣੇ ਫੈਨਸ ਨੂੰ ਖੁਸ਼ ਕਰਨ ਲਈ ਮਿਹਨਤ ਕਰਦੇ ਹੋ ਕਿਉਂਕਿ ਆਪਾਂ ਜੇ ਕੁਛ ਆਏ ਆਪਾਂ ਮਿਹਨਤ ਕਰਕੇ ਇੱਥੇ ਪਹੁੰਚੇ ਹੋਏ ਹਾਂ ਤੁਹਾਡੀ ਮਤਲਬ ਮੈਂ ਪਰਸਨਲੀ ਕਹਿੰਦਾ ਕਿ ਭਾਅ ਜੀ ਬਹੁਤ ਵਧੀਆ ਨੇਚਰ ਦੇ ਇੱਦਾਂ ਤਾਂ ਕੁਛ ਵੀ ਨਹੀਂ ਹੈ ਉਹ ਵੀਡੀਓ ਪ੍ਰੋਪਰ ਐਡਿਟ ਕਰਕੇ ਹੋਈ ਹੈ ਇੱਦਾਂ ਤਾਂ ਕੁਛ ਵੀ ਨਹੀਂ ਹੈਗਾ ਸੋ ਵੀਡੀਓ ਐਡਿਟ ਕਰਕੇ ਵੀ ਮੈਂ ਤਾਂ ਗੱਲ ਇਹ ਕਰਦਾ ਵੀ ਮੇਰੇ ਨਾਲ ਨਹੀਂ ਕਿਸੇ ਨਾਲ ਵੀ ਇੱਦਾਂ ਇੱਦਾਂ ਨਹੀਂ ਕਰਨਾ ਚਾਹੀਦਾ ਤੁਸੀਂ ਆਪਣੀ ਪਾਪੂਲਰਿਟੀ ਲਈ ਕਿਸੇ ਨੂੰ ਥੱਲੇ ਨਹੀਂ ਕਰਨਾ ਚਾਹੀਦਾ ਵੀ ਬਈ ਇਹ ਤੁਸੀਂ ਆਪ ਕੋਈ ਗੁਣ ਰੱਖਦੇ ਤੁਸੀਂ ਆਪ ਆਪਣੇ ਦਮ ਤੇ ਮੂਹਰੇ ਆਓ ਪਰ ਇਹ ਜ਼ਰੂਰੀ ਥੋੜ੍ਹਾ ਨਾ ਵੀ ਤੁਸੀਂ ਲੋਕਾਂ ਦੀਆਂ ਨਗੋਚਾਂ ਕੱਢ ਕੇ ਉਹ ਮਾੜਾ ਨਹੀਂ ਜੀ ਮੈਂ ਚੰਗਾ ਇੱਦਾਂ ਨਹੀਂ ਤੁਸੀਂ ਆਪਣੇ 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 ਦਮ ਤੇ ਉੱਪਰ ਆਓਗੇ ਤੁਹਾਡੇ 'ਚ ਕੋਈ ਟੈਲੈਂਟ ਆ ਤੁਸੀਂ ਉਸ ਹਿਸਾਬ ਨਾਲ ਉੱਪਰ ਆਓ ਪਰ ਇਹ ਚੀਜ਼ ਨਹੀਂ ਹੈਗੀ ਵੀ ਤੁਸੀਂ ਭਾਈ ਉਹ ਮਾੜਾ ਜੀ ਮੈਂ ਚੰਗਾ ਤੁਸੀਂ ਮੈਨੂੰ ਇਹ ਚੀਜ਼ ਨਹੀਂ ਹੋਣੀ ਚਾਹੀਦੀ ਜੀ ਸੋ ਭਾਅ ਜੀ ਆਪਣੇ ਇੰਟਰਵਿਊ ਅਗਰ ਇੱਕ ਬੰਦਾ ਨਾਲ ਲਿੱਤਾ ਜਾਵੇ ਤਾਂ ਇੰਟਰਵਿਊ ਅਧੂਰਾ ਰਹਿ ਜਾਣਾ ਹੈਗਾ ਸਹੀ ਗੱਲ ਆ ਜੀ ਤੇ ਨਾਮ ਹੈਗਾ ਜੀ ਬੱਬਲ ਰਾਏ ਭਾਅ ਜੀ ਦਾ ਬੱਬਲ ਰਾਏ ਬੱਬਲ ਮੇਰਾ ਭਰਾ ਕਿਉਂਕਿ ਮੈਂ ਆਲਵੇਜ਼ ਕਹਿੰਦਾ ਹੁੰਦਾ ਕਿ ਫੈਮਿਲੀ ਤੁਹਾਨੂੰ ਰੱਬ ਵੱਲੋਂ ਮਿਲਦੀ ਹੈ ਪਰ ਦੋਸਤ ਤੁਸੀਂ ਆਪ ਬਣਾਉਣੇ ਹੁੰਦੇ ਆ ਚੰਗੇ ਬਣਾ ਲਓ ਮਾੜੇ ਬਣਾ ਲਓ ਚੰਗੇ ਬਣਾਓਗੇ ਚੰਗੇ ਕੰਮਾਂ 'ਚ ਲੱਗੋਗੇ ਮਾੜੇ ਬਣਾਓਗੇ ਮਾੜੇ ਕੰਮਾਂ 'ਚ ਪੈ ਜਾਓਗੇ ਸੋ ਮੈਨੂੰ ਇੱਕ ਰੱਬ ਨੇ ਬਹੁਤ ਚੰਗਾ ਦੋਸਤ ਦਿੱਤਾ ਹੈ ਜਿਹਦੇ ਕਰਕੇ ਅਸੀਂ ਚੰਗੇ ਕੰਮ ਲੱਗੇ ਹੋਏ ਹਾਂ ਲੋਕਾਂ ਨੂੰ ਐਂਟਰਟੇਨ ਕਰ ਰਹੇ ਹਾਂ ਅਤੇ ਮੈਂ ਬੁਲਾਉਣਾ ਨਾਲ ਹੀ ਬੱਬਲ ਅਤੇ ਭਾਅ ਜੀ ਆਪਾਂ ਗੱਲ ਕਰੀਏ ਇੱਕ ਬੱਬਲ ਭਾਅ ਜੀ ਦੀ ਬਿਕੋਜ਼ ਜਿਸ ਟਾਈਮ ਤੁਸੀਂ ਸਟਾਰਟਿੰਗ ਤੋਂ ਮਿਲੇ ਸੀ ਤੁਹਾਨੂੰ ਜਾਣੀ ਸੀ ਕਿ ਸਾਡੀ ਦੋਸਤੀ ਇੰਨੀ ਦੂਰ ਤੱਕ ਜਾਓਗੇ ਜਿੱਦਾਂ ਹੁਣ ਲੋਕ ਤੁਹਾਨੂੰ ਜੈ ਔਰ ਵੀਰੂ ਵੀ ਜੋੜੀ ਆਪਾਂ ਕਹਿ ਸਕਦੇ ਹਾਂ ਕਿ ਹਮੇਸ਼ਾ ਨਾਲ ਰਹਿੰਦੇ ਟੀਮ ਬੱਬਲ ਅਤੇ ਆਪਣਾ ਜੱਸੀ ਹੋ ਗਿਆ ਹੋਇਆ ਸੋ ਨਾਲੇ ਸਟਾਰਟਿੰਗ ਜਦੋਂ ਤੁਸੀਂ ਗਏ ਸੀ ਤਾਂ ਭਾਅ ਜੀ ਨਾਲ ਤੁਸੀਂ ਗੱਲ ਕੀਤੀ ਸੀ ਕਿ ਆਪਾਂ ਯਾਰ ਆਪਾਂ ਇਕੱਠੇ ਹੁਣ ਸ਼ੋਅ ਕਰਦੇ ਹਾਂ ਤੇ ਉਹਨਾਂ ਦਾ ਆਪਣਾ ਮੈਟਰ ਵੀ ਵੱਧ ਜਾਊਗਾ ਜ਼ਿਆਦਾ ਪੈਸੇ ਵੀ ਸੇਮ ਪੈਸੇ ਦੋ ਬੰਦੇ ਮਿਲ ਜਾਣਗੇ ਲੋਕਾਂ ਨੂੰ ਉਹ ਚੀਜ਼ ਹਾਂਜੀ ਉਹ ਕਿਉਂਕਿ ਜਦੋਂ ਅਸੀਂ ਮਿਲੇ ਸੀਗੇ ਉਦੋਂ ਸਾਡੇ ਇੱਕ ਇੱਕ ਗਾਣਾ ਸੀ ਬੱਬਲ ਦਾ ਸੋਹਣੀ ਗਾਣਾ ਸੀਗਾ ਤੇ ਉਸ ਤੋਂ ਪਹਿਲਾਂ ਪਰ ਬੱਬਲ ਦੇ ਯੂਟਿਊਬ ਵਾਲੇ ਗਾਣੇ ਬਹੁਤ ਹਿੱਟ ਹੋਏ ਸੀਗੇ ਤੇ ਬੱਬਲ ਦਾ ਸੋਹਣੀ ਗਾਣਾ ਸੀ ਲੇਟੈਸਟ ਤੇ ਮੇਰਾ ਲੈਂਸਰ ਗਾਣਾ ਆਇਆ ਸੀਗਾ ਉਦੋਂ ਸੋ ਉਦੋਂ ਪ੍ਰੋਗਰਾਮ ਦੇ ਆਫਰਸ ਆਉਂਦੇ ਸੀ ਤਾਂ ਆਪ ਨੂੰ ਇਦਾਂ ਲੱਗਣ ਲੱਗ ਜਾਂਦਾ ਸੀ ਵੀ 2.5 ਘੰਟੇ ਦਾ ਪ੍ਰੋਗਰਾਮ ਹੁੰਦਾ ਗਾਣੇ ਮੇਰੇ ਕੋਲ 4 ਨੇ ਮੈਂ ਗਾਉਂਗਾ ਕੀ ਪਰ ਫਿਰ ਇੱਦਾਂ ਵੀ ਲੱਗਦਾ ਸੀ ਵੀ ਨਹੀਂ ਵੀ ਇਹ ਕੰਮ ਤਾਂ ਕਰਨਾ ਜ਼ਰੂਰੀ ਸੋ ਇੱਕ ਦਿਨ ਅਸੀਂ ਬੈਠੇ ਐਵੇਂ ਡਿਸਕਸ ਕੀਤਾ ਕਿ ਆਪਾਂ ਇੱਦਾਂ ਕਰਦੇ ਹਾਂ ਕਿ ਆਪਾਂ ਦੋਨੇ ਇਕੱਠੇ ਸ਼ੋਅ ਕਰਨ ਲੱਗਦੇ ਹਾਂ ਜਿਹਦੇ ਕਰਕੇ ਤਾਂ ਇੱਕ ਤਾਂ ਹੋਰ ਕੋਈ ਕਰ ਨਹੀਂ ਰਿਹਾ ਸੀ ਉਸ ਟਾਈਮ ਇੰਡਸਟਰੀ ਦੇ ਵਿੱਚ ਅਤੇ ਜਦੋਂ ਵੀ ਤੁਸੀਂ ਇੱਦਾਂ ਕਰੋਗੇ ਤਾਂ ਇੱਕ ਤਾਂ ਲੋਕਾਂ ਨੂੰ ਵਰਾਇਟੀ ਮਿਲ ਜੂਗੀ ਇੱਕ ਤੁਹਾਨੂੰ ਈਜ਼ੀ ਹੋ ਜੂਗਾ ਤੁਹਾਨੂੰ ਐਕਸਪੀਰੀਅੰਸ ਹੋ ਜੂਗਾ ਕੋਈ ਵੀ ਚੀਜ਼ ਤੁਸੀਂ ਨਵੀਂ ਸ਼ੁਰੂ ਕਰਦੇ ਹੋ ਬਿਲਕੁਲ ਜ਼ੀਰੋ ਸਟਾਰਟ ਕਰਨਾ ਪੈਂਦਾ ਸੋ ਉਹਦੇ ਨਾਲ ਹੌਲੀ ਹੌਲੀ ਹੁਣ ਦੇਖ ਲਓ ਤੁਹਾਡੇ ਸਾਹਮਣੇ ਆ ਹੁਣ ਸਾਡੇ ਕੋਲ ਆਪਣੇ ਕੋਲ ਗਾਣੇ ਇੰਨੇ ਨੇ ਕਈ ਵਾਰ ਸਾਡੇ ਪੂਰੇ ਸ਼ੋਅ 'ਤੇ ਗਾਣੇ ਨਹੀਂ ਗਾਏ ਜਾਂਦੇ ਹੈਗੇ ਪਰ ਫਿਰ ਵੀ ਇਹ ਚੀਜ਼ ਨਾਲ ਲੋਕਾਂ ਨੇ ਸਾਨੂੰ ਹੁਣ ਇੰਨਾ ਕੁ ਜ਼ਿਆਦਾ ਇਹ ਚੀਜ਼ ਮਤਲਬ ਅਪਣਾ ਲਈ ਆ ਕਿ ਕਦੇ ਇਹ ਨਹੀਂ ਹੁੰਦਾ ਕਿ ਮੈਂ ਇਕੱਲਾ ਜਾਵਾਂ ਤਾਂ ਲੋਕ ਕਹਿਣਗੇ ਬੱਬਲ ਕਿੱਥੇ ਆ ਬੱਬਲ ਚਲੇ ਜਾਵੇ ਸ਼ੋਅ ਕਰਨ ਇਕੱਲਾ ਜੱਸੀ ਕਿੱਥੇ ਆ ਤੁਹਾਡੀ ਫੈਮਿਲੀ ਵਾਲੀ ਗੱਲਾਂ ਪੁੱਛਦੀ ਹੈ ਹਾਂਜੀ ਇਹ ਵੀ ਅਸੀਂ ਇਕੱਠੇ ਸਾਡੇ ਹੁਣ ਤਾਂ ਫੈਮਿਲੀ ਵਾਲੇ ਕੰਮ ਆ ਜੀ ਹੁਣ ਕੋਈ ਮੈਂ ਦੱਸਿਆ ਕਿ ਹੁਣ ਤਾਂ ਜੀ ਸਮਝਦੇ ਉਹਨਾਂ ਨੂੰ ਹਮੇਸ਼ਾ ਜੀ ਸਾਡੀ ਫੈਮਿਲੀਜ਼ ਵੀ ਆਪਸ 'ਚ ਇੱਦਾਂ ਹੀ ਵਰਤਦੇ ਆ ਜਿਵੇਂ ਕਹਿ ਲਓ ਕੋਈ ਫੰਕਸ਼ਨ ਹੋਵੇ ਸਾਡੇ ਘਰ ਦਾ ਤਾਂ ਜੇ ਮੇਰੇ ਵਾਲਾ ਤਾਂ ਬੱਬਲ ਮੂਹਰੇ ਹੁੰਦਾ ਜੇ ਬੱਬਲ ਵਾਲਾ ਤਾਂ ਮੈਂ ਅੱਗੇ ਹੁੰਦਾ ਸੋ ਆਲਵੇਜ਼ ਇੱਦਾਂ ਹੀ ਅਸੀਂ ਇਕੱਠੇ ਰਹਿੰਦੇ ਹਾਂ ਸੋ ਆਪਣੇ ਵੱਲੋਂ ਇਹ ਟਰਾਈ ਕਰੀਦੇ ਕਿ ਲੋਕਾਂ ਨੂੰ ਮੈਸੇਜ ਆਵੇ ਕਿਉਂਕਿ ਸਭ ਦੀ ਇਹ ਸੋਚ ਸੀਗੀ ਮੈਨੂੰ ਲੱਗਦਾ ਮੈਕਸੀਮਮ ਕਿ ਇੰਡਸਟਰੀ 'ਚ ਇੱਕ ਕਲਾਕਾਰ ਜਾਂ ਇੱਕ ਸੇਮ ਪ੍ਰੋਫੈਸ਼ਨ ਦਾ ਬੰਦਾ ਦੋਸਤ ਨਹੀਂ ਹੋ ਸਕਦੇ ਪਰ ਮੈਂ ਅਸੀਂ ਆਪਣੇ ਵੱਲੋਂ ਟਰਾਈ ਕਰਦੇ ਹੁੰਦੇ ਕਿ ਦੋਸਤੀ ਬਹੁਤ ਵਧੀਆ ਚੀਜ਼ ਅਗਰ ਤੁਸੀਂ ਉਹਨੂੰ ਵਧੀਆ ਤਰੀਕੇ ਨਾਲ ਨਿਭਾਓ ਬਹੁਤ ਕੁਛ ਉਹਦੇ ਵਿੱਚ ਵਧੀਆ ਚੀਜ਼ਾਂ ਨੇ ਪਰ ਆਪਣੇ ਵੱਲੋਂ ਅਸੀਂ ਟਰਾਈ ਕਰਨ ਲੱਗੇ ਹੋਏ ਹਾਂ ਕਿ ਲੋਕਾਂ ਨੂੰ ਇਹ ਮੈਸੇਜ ਆਵੇ ਅਤੇ ਸਾਨੂੰ ਇਹ ਮੈਸੇਜ ਆਉਂਦੇ ਵੀ ਆ ਕਿ ਅਸੀਂ ਬਹੁਤ ਇੰਸਪਾਇਰ ਹੁੰਦੇ ਤੁਹਾਡੀ ਫਰੈਂਡਸ਼ਿਪ ਤੋਂ ਜਿਵੇਂ ਤੁਸੀਂ ਇਕੱਠੇ ਰਹਿੰਦੇ ਹੋ ਸੋ ਸਾਨੂੰ ਲੱਗਦਾ ਕਿ ਅਸੀਂ ਲੋਕਾਂ ਨੂੰ ਐਂਟਰਟੇਨ ਤਾਂ ਕਰਦੇ ਹਾਂ ਅਤੇ ਨਾਲ ਜੇ ਇੱਕ ਚੰਗਾ ਮੈਸੇਜ ਦੇ ਰਹੇ ਹਾਂ ਤਾਂ ਸਾਡੇ ਲਈ ਬਹੁਤ ਵਧੀਆ ਗੱਲ ਹੈ ਜੀ ਬਿਲਕੁਲ ਤੁਹਾਡਾ ਸ਼ੋਅ ਦਾ ਵੀ ਤਰੀਕਾ ਵਧੀਆ 45 ਮਿੰਟ ਤੁਸੀਂ 45 ਮਿੰਟ ਬੱਬਲ ਭਾਅ ਜੀ 45 ਮਿੰਟ ਫਿਰ ਗਾ ਪੂਰਾ ਹਾਂਜੀ ਉਹ ਬਹੁਤ ਵਧੀਆ ਐਕਸਪੀਰੀਅੰਸ ਰਹਿਣਾ ਕਿਉਂਕਿ ਪਹਿਲਾਂ ਬੱਬਲ ਗਾ ਕੇ ਆਉਂਦਾ 45 ਮਿੰਟ ਫਿਰ 45 ਮਿੰਟ ਮੈਂ ਗਾਉਣਾ ਪਰ ਜਿਹੜੇ ਐਂਡ ਵਾਲੇ 45 ਮਿੰਟ ਹੁੰਦੇ ਨੇ ਉਹ ਪੂਰਾ ਬੂਸਟ ਹੁੰਦਾ ਇਹਦੇ ਵਿੱਚ ਮਤਲਬ ਨੋਨ ਸਟੋਪ ਭੰਗੜਾ ਹੁੰਦਾ ਕਿਉਂਕਿ ਫਿਰ ਅਸੀਂ ਇਕੱਠੇ ਗਾਉਂਦੇ ਹਾਂ ਜਿਹੜੇ ਸਾਡੇ ਇਕੱਠੇ ਗਾਣੇ ਨੇ ਹੋਰ ਵੀ ਫੇਮਸ ਗਾਣੇ ਜਿੰਨੇ ਵੀ ਮਤਲਬ ਆਪਣੇ ਕੋਲ ਟਰਾਈ
ਆਪਣੇ ਵਰਲਡ ਦੇ ਵਿੱਚ ਜਿੱਥੇ ਮਰਜ਼ੀ ਤੇ ਪੰਜਾਬੀ ਵੱਸਦੇ ਆ ਉੱਥੇ ਆਲਵੇਜ਼ ਸਪੋਰਟ ਕਰਦੇ ਆ ਅਸੀਂ ਸ਼ੋਜ਼ ਕਰਨ ਜਾਂਦੇ ਹਾਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਸੋ ਆਲਵੇਜ਼ ਬਹੁਤ ਸਪੋਰਟ ਕੀਤੀ ਹੈ ਕੋਈ ਖਾਸ ਵਾਕਿਆ ਨਹੀਂ ਪਰ ਇੰਨਾ ਜ਼ਰੂਰ ਹੈ ਕਿ ਜਿੰਨੇ ਵੀ ਲੋਕ ਨੇ ਉਹ ਮੈਨੂੰ ਲੱਗਦਾ ਆਪਣੇ ਇੱਥੇ ਵਾਲੇ ਪੰਜਾਬੀਆਂ ਨਾਲੋਂ ਵੱਧ ਪਿਆਰ ਕਰਦੇ ਆ ਉਹ ਇਸ ਕਰਕੇ ਕਿਉਂਕਿ ਉੱਥੇ ਉਹ ਰਹਿੰਦੇ ਆ ਦੂਰ ਸੋ ਜਿਵੇਂ ਕਹਿ ਲਓ ਵੀ ਜਦੋਂ ਦੂਰ ਹੋ ਜਾਂਦਾ ਬੰਦਾ ਫਿਰ ਜ਼ਿਆਦਾ ਲਗਾਵ ਹੁੰਦਾ ਸੋ ਜਦੋਂ ਵੀ ਕੋਈ ਪੰਜਾਬੀ ਸਿੰਗਰ ਉੱਥੇ ਜਾਂਦਾ ਫਿਰ ਉਹ ਬਹੁਤ ਉਹਨੂੰ ਜਿਵੇਂ ਕਿ ਸੇਵਾ ਬਹੁਤ ਕਰਦੇ ਆ ਉਹਦੀ ਖਾਣ ਪੀਣ ਨੂੰ ਉਹਨਾਂ ਨੇ ਆਉਂਦਾ ਕਿ ਇਹਨੂੰ ਕੋਈ ਤਕਲੀਫ ਨਾ ਆਵੇ ਹਰ ਚੀਜ਼ ਦੇ ਵਿੱਚ ਜੇ ਕਿਤੇ ਘੁੰਮਣ ਜਾਣਾ ਸਾਡੇ ਕਈ ਦੋਸਤ ਐਵੇਂ ਦੇ ਬਣੇ ਹੋਏ ਨੇ ਸਾਡੇ ਇੱਕ ਸਿਨਸਿਨਾਟੀ ਤੋਂ ਦੋਸਤ ਆ ਜੀ ਅਨਮੋਲ ਅਸੀਂ ਉਹਨੂੰ ਸ਼ੋਅ ਕਰਨ ਗਏ ਸੀ ਜਦ ਮਿਲੇ ਸੀਗੇ ਸਾਡਾ ਇੰਨਾ ਪੱਕਾ ਦੋਸਤ ਬਣ ਗਿਆ ਕਿ ਸਾਨੂੰ ਉਹਨੇ ਇੰਨਾ ਘੁਮਾਇਆ ਉੱਥੇ ਸਾਨੂੰ ਆਪਣੇ ਘਰੇ ਰੱਖਿਆ ਹੁਣ ਜਦੋਂ ਵੀ ਉਹ ਸਾਡੇ ਲਈ ਸਪੈਸ਼ਲ ਇੰਡੀਆ ਆਉਂਦਾ ਸਾਨੂੰ ਮਿਲ ਕੇ ਜਾਂਦਾ ਸਾਡੇ ਕੋਲ ਰਹਿ ਕੇ ਜਾਂਦਾ ਅਤੇ ਮਤਲਬ ਕਈ ਚੀਜ਼ਾਂ ਸਾਨੂੰ ਕਈ ਬੰਦੇ ਐਵੇਂ ਦੇ ਮਿਲੇ ਹੋਏ ਨੇ ਜਿਹੜੇ ਸਾਡੇ ਹੁਣ ਸਾਡੀ ਲਾਈਫ ਦੇ ਵਿੱਚ ਮਤਲਬ ਇੰਪੋਰਟੈਂਸ ਰੱਖਦੇ ਨੇ ਮਿਲੇ ਸ਼ੋਅ ਕਰਨ ਕਰਕੇ ਹੋਏ ਨੇ ਸੋ ਸਾਰੇ ਬਹੁਤ ਪਿਆਰ ਕਰਦੇ ਜੇ ਭਾਜੀ ਆਪਾਂ ਗੱਲ ਕਰੀਏ ਤੁਹਾਡੀ ਅਪਕਮਿੰਗ ਪੰਜਾਬੀ ਮੂਵੀ ਸਰਗੀ ਆ ਰਹੀ ਹੈ ਸੋ ਕਿਸ ਟਾਈਪ ਦੀ ਮੂਵੀ ਹੈ ਕੀ ਕਿਰਦਾਰ ਹੈ ਤੁਹਾਡਾ ਬਹੁਤ ਵਧੀਆ ਫਿਲਮ ਹੈ ਜੀ ਪੂਰਾ ਜਿਵੇਂ ਕਹਿ ਲਓ ਐਂਟਰਟੇਨਮੈਂਟ ਦਾ ਪੈਕੇਜ ਆ ਹਰ ਇੱਕ ਚੀਜ਼ ਮਿਲੂਗੀ ਉਹਦੇ ਵਿੱਚ ਪਿੰਡ ਵਾਲਿਆਂ ਲਈ ਪਿੰਡ ਵਾਲੀਆਂ ਚੀਜ਼ਾਂ ਮਿਲਣਗੀਆਂ ਬਾਹਰ ਵਾਲਿਆਂ ਲਈ ਬਾਹਰ ਚੀਜ਼ਾਂ ਮਿਲਣਗੀਆਂ ਸੋ ਆਪਣੇ ਵੱਲੋਂ ਟਰਾਈ ਕੀਤੀ ਇੱਕ ਫੁੱਲੀ ਫੈਮਿਲੀ ਐਂਟਰਟੇਨਮੈਂਟ ਬਣਾਉਣ ਦੀ ਸੋ ਆਪਣੇ ਵੱਲੋਂ ਆਹੀ ਕੋਸ਼ਿਸ਼ ਆ ਕਿ ਸਭ ਨੂੰ ਪਸੰਦ ਆਵੇ ਫਿਲਮ ਅਤੇ ਆਹੀ ਕਹਿ ਸਕਦੇ ਹਾਂ ਨੀਰੂ ਬਾਜਵਾ ਦੀ ਡੈਬਿਊ ਆ ਜੀ ਅਤੇ ਉਹਨਾਂ ਦੀ ਸਿਸਟਰ ਦਾ ਵੀ ਡੈਬਿਊ ਆ ਅਤੇ ਮੈਂ ਅਤੇ ਮੇਰੇ ਨਾਲ ਬੱਬਲ ਇਹ ਦੋਨੇ ਜਾਣੇ ਭਾਜੀ ਮੈਂ ਘੜੀ ਇਸ ਕਰਕੇ ਦੇਖ ਰਿਹਾ ਕਿਉਂਕਿ 5 ਮਿੰਟ ਰਹਿ ਗਏ ਨੇ ਤਾਂ ਮੈਨੂੰ ਲੱਗਦਾ ਕਿ ਭਾਜੀ ਪਹੁੰਚਣ ਵਾਲੇ ਹੋਣੇ ਬੱਬਲ ਭਾਜੀ ਆਪਾਂ ਇੱਕ ਸੌਂਗ ਗਾ ਦਈਏ ਤਾਂ ਤੱਕ ਅਗਲੇ ਦਿਨ ਬੱਬਲ ਦੇ ਨਾਲ ਹੀ ਗਾਉਣੇ ਅਤੇ ਫਿਰ ਬੱਬਲ ਭਾਜੀ ਨੂੰ ਆਪਾਂ ਸੁਣਾਈਏ ਸੋ ਦੋਸਤੋ ਬੱਬਲ ਭਾਜੀ ਸਾਡੇ ਨਾਲ ਪਹੁੰਚ ਚੁੱਕੇ ਹੈਗੇ ਨੇ ਤਾਂ ਆਪਾਂ ਬੱਬਲ ਭਾਜੀ ਤੋਂ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਵੀਰੇ ਹੋਰ ਕੀ ਹਾਲ ਬਸ ਵਧੀਆ ਤੁਸੀਂ ਸੁਣਾਓ ਕਿਵੇਂ ਹੋ ਵਧੀਆ ਬਿਲਕੁਲ ਅਤੇ ਭਾਜੀ ਆਪਾਂ ਗੱਲ ਕਰੀਏ ਤੁਹਾਨੂੰ ਵੀ ਸ਼ੌਂਕ ਜਿਹੜਾ ਸੀਗਾ ਬਚਪਨ ਤੋਂ ਨਹੀਂ ਸੀਗਾ ਸਿੰਗਿੰਗ ਦਾ ਬਿਕੋਜ਼ ਉਹ ਅੱਗੇ ਚੱਲਾਂਗੇ ਲੇਕਿਨ ਤੁਹਾਡੇ ਡੈਡ ਦਾ ਡ੍ਰੀਮ ਸੀਗਾ ਕਿ ਤੁਸੀਂ ਸਿੰਗਰ ਬਣੋ ਸ਼ੁਰੂ ਤੋਂ ਹੀ ਉਹਨਾਂ ਨੂੰ ਡ੍ਰੀਮ ਸੀਗਾ ਕਿ ਤੁਸੀਂ ਸਿੰਗਰ ਬਣੋ ਔਰ ਤੁਸੀਂ ਸਟਾਰਟਿੰਗ ਤੋਂ ਵੀ ਆਪਾਂ ਜੇ ਗੱਲ ਕਰੀਏ ਤਾਂ ਫਸਟ ਕਲਾਸ ਵੀ ਤੁਸੀਂ ਜਦੋਂ ਸੀਗੇ ਉਦੋਂ ਤੁਸੀਂ ਦੂਰਦਰਸ਼ਨ ਚਿਲ ਮਿਲ ਤਾਰੇ 'ਤੇ ਗਾਣਾ ਗਾਇਆ ਸੀ ਸੋ ਕਿੱਦਾਂ ਟਾਈਮ ਲੱਗਦਾ ਪਹਿਲਾਂ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅਤੇ ਸਭ ਤੋਂ ਵੱਡੀ ਮੈਂ ਤੁਹਾਨੂੰ ਗੱਲ ਇੱਕ ਕੰਪਲੀਮੈਂਟ ਦੇਣਾ ਚਾਹੁੰਦਾ ਕਿ ਬਹੁਤ ਘੱਟ ਸਾਡੀ ਇੱਦਾਂ ਦੀ ਇੰਟਰਵਿਊਜ਼ ਹੁੰਦੀਆਂ ਜਾਂ ਸਾਨੂੰ ਇੱਦਾਂ ਦੇ ਜਰਨਲਿਸਟ ਆ ਜਿਹੜੇ ਮਿਲਦੇ ਆ ਜਿਹੜੇ ਪਹਿਲਾਂ ਸਰਚ ਕਰਕੇ ਆਉਂਦੇ ਆ ਸਾਡੇ ਬਾਰੇ ਸੋ ਬਹੁਤ ਬਹੁਤ ਥੈਂਕ ਯੂ ਤੁਸੀਂ ਹਾਂ ਬਹੁਤ ਬਹੁਤ ਹਾਂ ਕਿਉਂਕਿ ਛੋਟਾ ਕੰਮ ਆਇਆ ਤੁਸੀਂ ਇਸ ਕੰਮ ਦੇ ਨਾਲ ਅਗਰ ਤੁਸੀਂ ਨਹੀਂ ਚੰਗੀ ਤਰ੍ਹਾਂ ਕਰੋਗੇ ਤਾਂ ਉਹਦਾ ਕੋਈ ਫਾਇਦਾ ਨਹੀਂ ਕਈ ਐਵੇਂ ਦੇ ਹੁੰਦੇ ਆ ਰਿਪੋਰਟਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੌਣ ਜੱਸੀ ਆ ਕੌਣ ਬੱਬਲ ਹੈ ਫਿਰ ਉਹਨਾਂ ਆ ਕੇ ਕਹਿਣਾ ਹੁੰਦਾ ਹਾਂਜੀ ਭਾਜੀ ਕਰਦੇ ਕਿ ਵੀ ਡੋਂਟ ਕੇਅਰ ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਜੱਸੀ ਗਿੱਲ ਬੱਬਲ ਰਿਹਾ ਹੈ ਕੌਣ ਕਹਿਣਗੇ ਉਹ ਤੁਸੀਂ ਜੱਸੀ ਭਾਜੀ ਮੈਂ ਕਹੂੰਗਾ ਨਹੀਂ ਜੀ ਉਹ ਜੱਸੀ ਗਿੱਲ ਹੀ ਮੈਂ ਬੱਬਲ ਰਿਹਾ ਫਿਰ ਉਹ ਇਹ ਚੀਜ਼ ਕਰਕੇ ਥੋੜ੍ਹਾ ਇਹ ਲੱਗਦਾ ਹੁੰਦਾ ਵੀ ਯਾਰ ਦੱਸੋ ਤੁਸੀਂ ਆਪਣਾ ਕੰਮ ਕਰਨ ਲੱਗੇ ਅਗਰ ਤੁਸੀਂ ਕਿਸੇ ਬੰਦੇ ਨੂੰ ਮਿਲਣ ਜਾਂਦੇ ਤਾਂ ਫਿਰ ਪਤਾ ਕਰਕੇ ਜਾਓ ਨਾ ਜੀ ਜਿਹਦੇ ਨਾਲ ਤੁਸੀਂ ਉਹਨੂੰ ਚੰਗਾ ਸਵਾਲ ਕਰੋਗੇ ਲੋਕਾਂ ਤੱਕ ਵੀ ਉਹਦੀ ਸਹੀ ਇਮੇਜ ਆਊਗੀ ਜੋ ਬੰਦਾ ਹੈਗਾ ਉਹ ਤੁਹਾਡੇ ਤੇ ਬਿਲੀਵ ਕਰਦੇ ਆ ਤਾਂ ਕਰਦੇ ਕਿ ਥੋੜ੍ਹਾ ਕੰਮ ਆਓ ਵੀ ਇਹ ਬੰਦੇ ਨੇ ਇਹ ਕੁਸਚਨ ਪੁੱਛਿਆ ਹੋਊਗਾ ਤਾਂ ਉਹ ਬੰਦਾ ਜਿਹੜਾ ਸਾਹਮਣੇ ਬੈਠਾ ਉਹ ਸਹੀ ਦਊਗਾ ਪਰ ਕਈ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਬਹੁਤ ਸਾਰੇ ਰਿਪੋਰਟਰ ਮੈਕਸੀਮਮ ਪੰਜਾਬੀ ਇੰਡਸਟਰੀ 'ਚ ਖਾਸ ਕਰਕੇ ਉਹ ਇੱਦਾਂ ਦੇ ਹੁੰਦੇ ਵੀ ਜਿਵੇਂ ਕਹਿ ਲਓ ਬਸ ਵੀ ਹੋਰ ਕੰਮ ਨਹੀਂ ਕੋਈ ਚਲੋ ਆਹ ਕਰ ਲਈਏ ਹਾਂਜੀ ਪਰ ਤੁਸੀਂ ਬਹੁਤ ਵਧੀਆ ਕਰ ਰਹੇ ਵੀਰੇ ਥੈਂਕ ਯੂ ਸੋ ਮਚ ਥੈਂਕ ਯੂ ਜੀ ਬਿਲਕੁਲ ਮੈਨੂੰ ਆਪ ਨੂੰ ਸ਼ੌਂਕ ਨਹੀਂ ਸੀ ਹੁੰਦਾ ਪਰ ਮੈਂ ਗਾਉਂਦਾ ਬਚਪਨ ਤੋਂ ਰਿਹਾ ਅਤੇ ਮੈਂ ਪਹਿਲੀ ਕਲਾਸ ਦੇ ਵਿੱਚ ਸੀਗਾ ਜਦੋਂ ਚਿਲ ਮਿਲ ਤਾਰੇ ਪ੍ਰੋਗਰਾਮ ਦੂਰਦਰਸ਼ਨ 'ਤੇ ਆਉਂਦਾ ਸੀ ਜਲੰਧਰ ਦੂਰਦਰਸ਼ਨ 'ਤੇ ਉੱਥੇ ਮੈਂ ਗਾਇਆ ਸੀਗਾ ਸੋ ਕੇ ਜੀ ਕਲਾਸ 'ਚ ਜਦੋਂ ਪਹਿਲੀ ਵਾਰੀ ਮੈਂ ਸਟੇਜ ਦੇ ਉੱਤੇ ਪਰਫੋਰਮ ਕਰ ਦਿੱਤਾ ਸੀਗਾ ਅਤੇ ਮੈਂ ਸੁਰਿੰਦਰ ਸ਼ਿੰਦਾ ਜੀ ਦਾ ਗਾਣਾ ਹੁੰਦਾ ਸੀ ਐਂਕੀ ਲਵ ਯੂ ਕਰਦੇ ਹੋ ਗਾਉਂਦਾ ਹੁੰਦਾ ਸੀਗਾ ਅਤੇ ਪਰ ਮੈਂ ਬੜਾ ਭੱਜਿਆ ਜੀ ਕਿ ਮੈਂ ਇਸ ਪ੍ਰੋਫੈਸ਼ਨ 'ਚ ਨਹੀਂ ਆਉਣਾ ਪਰ ਮੇਰੀ ਸ਼ਾਇਦ ਕਿਸਮਤ ਡੈਸਟਨੀ ਲਾ ਲਓ ਕਿ ਮੈਨੂੰ ਘੁੰਮ ਘੁੰਮਾ ਕੇ ਮੈਂ ਇਸੇ ਪ੍ਰੋਫੈਸ਼ਨ ਦੇ ਵਿੱਚ ਆਇਆ ਅਤੇ ਪਰ ਹੁਣ ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਜਦੋਂ ਮੈਂ ਸਟੇਜ ਦੇ ਉੱਤੇ ਜਾਂਦਾ ਤੁਹਾਡਾ ਨਾਮ ਅਨਾਊਂਸ ਹੁੰਦਾ ਲੋਕ ਤੁਹਾਡੇ ਲਈ ਸ਼ੇਅਰ ਕਰਦੇ ਆ ਤਾਂ ਇਹੀ ਲੱਗਦਾ ਹੁੰਦਾ ਕਿ ਯਾਰ ਮੈਂ ਸ਼ਾਇਦ ਇਸੇ ਕੰਮ ਲਈ ਪੈਦਾ ਹੋਇਆ ਸੀਗਾ ਅਤੇ ਉਹ ਚੀਜ਼ ਜਦੋਂ ਇੱਕ ਦੋ ਦਿਨ ਅਸੀਂ ਵਿਹਲੇ ਹੁੰਦੇ ਹਾਂ ਤਾਂ ਮੈਂ ਬਹੁਤ ਮਿਸ ਕਰਦਾ ਮਤਲਬ ਇਹ ਹੁੰਦਾ ਕਿ ਜਲਦੀ ਲਾਈਵ ਜਾਈਏ ਅਤੇ ਇੰਟਰੈਕਟ ਕਰੀਏ ਆਡੀਅੰਸ ਨਾਲ ਅਤੇ ਪਰਫੋਰਮ ਕਰਾਂ ਮੈਂ ਪਰ ਭਾਜੀ ਡੈਡ ਵੀ ਜਿਹੜੇ ਸੀਗੇ ਦੂਰਦਰਸ਼ਨ ਕਾਫੀ ਟਾਈਮ ਆਰਟਿਸਟ ਸੀਗੇ ਥੀਏਟਰ ਆਰਟਿਸਟ ਸੀਗੇ ਕਾਫੀ ਕੰਮ ਕੀਤਾ ਤੁਸੀਂ ਵੀ ਆਪਣਾ ਚਾਈਲਡ ਥੀਏਟਰ ਆਰਟਿਸਟ ਜੀ ਸੀਰੀਅਲ ਜੋਬ ਕੰਮ ਕੀਤਾ ਸੀ ਉੱਥੇ ਰੋਲ ਤੁਹਾਨੂੰ ਵੀ ਮਿਲਿਆ ਸੀਗਾ ਉਸ ਤੋਂ ਬਾਅਦ ਕਿੱਥੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਉਹ ਥੀਏਟਰ ਜਿਹੜਾ ਬਚਪਨ ਹੀ ਕਰਦੇ ਆ ਰਹੇ ਸੀ ਹੁਣ ਅੱਜ ਫਿਲਮਾਂ 'ਚ ਆਪਾਂ ਨੂੰ ਕੰਮ ਆ ਰਿਹਾ ਜੀ ਮੈਂ ਐਵੇਂ ਕਹਾਂ ਕਿ ਮੈਂ ਬਹੁਤ ਕੋਈ ਟ੍ਰੇਨਿੰਗ ਤਾਂ ਨਹੀਂ ਸੀ ਲਿੱਤੀ ਪਰ ਤੁਸੀਂ ਇੱਕ ਤੁਹਾਨੂੰ ਮਾਹੌਲ ਮਿਲਦਾ ਤੁਹਾਨੂੰ ਬਚਪਨ ਦੇ ਵਿੱਚ ਤਾਂ ਸਾਡੇ ਘਰ ਦਾ ਮਾਹੌਲ ਇੱਦਾਂ ਦਾ ਸੀਗਾ ਕਿ ਡੈਡੀ ਦੇ ਸਾਰੇ ਫਰੈਂਡਸ ਥੀਏਟਰ ਦੇ ਆਰਟਿਸਟ ਸੀਗੇ ਹੈ ਨਾ ਆਉਂਦੇ ਰਹਿੰਦੇ ਸੀਗੇ ਘਰੇ ਨਾਟਕਾਂ ਦੀਆਂ ਸਕ੍ਰਿਪਟਾਂ ਪਈਆਂ ਰਹਿੰਦੀਆਂ ਸੀ ਮੈਂ ਪੜ੍ਹਦਾ ਸੀਗਾ ਵਿਹਲੇ ਟਾਈਮ ਸਾਡੇ ਘਰੇ ਰਿਹਰਸਲਾਂ ਹੁੰਦੀਆਂ ਸੀਗੀਆਂ ਜਿਹੜੇ ਉਹ ਸਟੇਜ ਦੇ ਉੱਤੇ ਨਾਟਕ ਖੇਡਦੇ ਸੀਗੇ ਮੈਂ ਆਪ ਖੁਦ
ਮੇਰੀ ਲਾਈਫ 'ਚ ਮੈਨੂੰ ਲੱਗਦਾ ਕਿ ਮੈਂ ਆਪ ਤਾਂ ਕੁਛ ਪਲੈਨ ਹੀ ਨਹੀਂ ਕੀਤਾ, ਜੋ ਵੀ ਹੁੰਦਾ ਆ ਤਾਂ ਮੈਂ ਉਹਦੇ ਨਾਲ ਬਸ ਕਹਿੰਦਾ ਨਾ ਗੋ ਵਿਦ ਦਾ ਫਲੋ, ਉਹਦੇ ਨਾਲ ਵਹਿੰਦਾ ਵਹਿੰਦਾ ਤੁਰਿਆ ਆ। ਸੋ ਆਸਟ੍ਰੇਲੀਅਨ ਛੱਲਾ ਅਚਾਨਕ ਵਾਪਰਿਆ ਮੇਰੀ ਜ਼ਿੰਦਗੀ ਦੇ ਵਿੱਚ, ਤਾਂ ਉਹਨੇ ਮੇਰੀ ਲਾਈਫ ਚੇਂਜ ਕਰਤੀ। ਉਹ ਟਨਾਣਾ ਟਨਾਣਾ ਹੁੰਦਾ, ਕਾਫੀ ਫੇਮਸ ਰਿਹਾ। ਹਾਂਜੀ, ਉਹ ਮੇਰੀ ਆਦਤ ਹੈ ਜੀ ਛੋਟੇ ਹੁੰਦੇ ਤੋਂ ਨਾ, ਮੈਂ ਹੁਣ ਵੀ ਜਦੋਂ ਕੋਈ ਗਾਣਾ ਸੁਣਦਾ ਤਾਂ ਮੈਨੂੰ ਗਾਣੇ ਦੇ ਬੋਲ ਸ਼ਾਇਦ ਭੁੱਲ ਜਾਣ, ਪਰ ਉਹਦੇ ਜਿਹੜਾ ਮਿਊਜ਼ਿਕ ਪੀਸ ਹੁੰਦੇ ਆ ਉਹ ਮੈਨੂੰ ਯਾਦ ਰਹਿੰਦੇ ਆ, ਹੈ ਨਾ। ਅਤੇ ਇੱਕ ਮੈਨੂੰ ਢੋਲਕੀ ਵਜਾਉਣ ਦੀ ਆਦਤ ਸੀਗੀ ਛੋਟੇ ਤੋਂ, ਮੈਂ ਉਹ ਵੀ ਮੈਂ ਕਿਤੇ ਸਿੱਖੀ ਨਹੀਂ, ਮੈਨੂੰ ਨਹੀਂ ਪਤਾ ਮੈਨੂੰ ਕਿੱਦਾਂ ਆਉਂਦੀ ਆ, ਤਾਂ ਮੈਂ ਢੋਲਕੀ 'ਤੇ ਨਹੀਂ ਵਜਾ ਸਕਦਾ, ਸਿਰਫ ਟੇਬਲ 'ਤੇ ਵਜਾ ਸਕਦਾ। ਤਾਂ ਜਦੋਂ ਮੈਂ ਸਕੂਲ ਦੇ ਵਿੱਚ ਬੈਠਾ ਹੁੰਦਾ ਸੀ ਕਲਾਸ ਦੇ ਵਿੱਚ, ਕਈ ਵਾਰੀ ਟੀਚਰ ਕਹਿ ਨਹੀਂ ਦਿੰਦੇ ਕਿ ਹੁਣ 15 ਮਿੰਟ ਚੁੱਪ ਕਰਕੇ ਬੈਠੋ, ਤਾਂ ਉਹ ਚੁੱਪ ਕਰਕੇ ਬੈਠਾ ਨੇ ਵੀ ਹੌਲੀ ਹੌਲੀ ਟੇਬਲ 'ਤੇ ਹੱਥ, ਤਾਂ ਮੈਂ ਬੜੀ ਵਾਰੀ ਘੁੱਟ ਖਾਧੀ ਜੀ ਉਹ ਗਾਂ ਵਿੱਚ। ਤਾਂ ਉਹ ਸਹਿਜ ਸੁਭਾਅ ਨਿਕਲਿਆ ਜਦੋਂ ਮੈਂ ਆਸਟ੍ਰੇਲੀਅਨ ਛੱਲਾ ਗਾ ਰਹੇ ਸੀਗੇ, ਤਾਂ ਜਦੋਂ ਛੱਲਾ ਟੈਕਸੀ ਚਲਾਉਂਦਾ ਜੀ, ਛੇ ਛੇ ਰਾਤਾਂ ਨੀ ਸੌਂਦਾ, ਤੇ ਡਾਲਰ ਮੋਟੇ ਬਣਾਉਂਦਾ ਵੀ, ਗੱਲ ਸੁਣ ਛੱਲਿਆ, ਹੋ ਗੱਲ ਸੁਣ ਛੱਲਿਆ, ਕੈਬੀਆ ਹੋ ਕਿਉਂ ਗੱਡੀ ਦਾ ਕੈਦੀਆਂ, ਸੋ ਜਿਹੜੀ ਟੈਣਾ ਸੀ ਉਹ ਆਪਣੇ ਆਪ ਹੀ ਨਿਕਲਿਆ, ਕੁਛ ਪਲੈਨ ਨਹੀਂ ਸੀਗਾ, ਪਰ ਉਹਨੂੰ ਬਹੁਤ ਪਸੰਦ ਕੀਤਾ ਸਰ। ਉਸ ਤੋਂ ਬਾਅਦ ਦੋ ਤਿੰਨ ਵੀਡੀਓਜ਼ ਹੋਰ ਕੱਢੀਆਂ ਜਿਹਨਾਂ ਦੇ 10-10 ਲੱਖ ਵਿਊਅਰਸ ਘੱਟੋ ਘੱਟ ਸੀਗੇ ਉਸ ਟਾਈਮ 'ਤੇ ਸੀਗੇ। ਹਾਂਜੀ, ਉਸ ਤੋਂ ਬਾਅਦ ਕਿਉਂਕਿ ਮੈਨੂੰ ਪਤਾ ਨਹੀਂ ਸੀਗਾ ਕਿ ਇੰਨੀ ਵਾਇਰਲ ਹੋ ਜੂਗੀ ਆਸਟ੍ਰੇਲੀਅਨ ਛੱਲੇ ਵਾਲੀ ਵੀਡੀਓ, ਤਾਂ ਉਸ ਤੋਂ ਬਾਅਦ ਜਦੋਂ ਮੈਸੇਜਸ ਆਉਣ ਲੱਗ ਗਏ, ਔਰਕੁਟ ਉਦੋਂ ਬਹੁਤ ਫੇਮਸ ਹੁੰਦੀ ਸੀਗੀ, ਯੂਟਿਊਬ 'ਤੇ ਮੈਸੇਜ ਆਉਂਦੇ ਹੁੰਦੇ ਸੀਗੇ, ਫੋਨ ਆਉਂਦੇ ਹੁੰਦੇ ਸੀ, ਮੈਂ ਆਪਣਾ ਨੰਬਰ ਪਾਤਾ ਸੀਗਾ ਯੂਟਿਊਬ 'ਤੇ, ਤਾਂ ਫਿਰ ਲੋਕ ਕਹਿੰਦੇ ਹੋਰ ਗਾਣੇ ਬਣਾਓ ਗਾਓ, ਫਿਰ ਮੈਨੂੰ ਲੱਗਿਆ ਕਿ ਯਾਰ ਵੀ ਟਰਾਈ ਕਰ ਸਕਦੇ, ਮੈਂ ਵੀ ਜੇ ਇੰਨਾ ਪਿਆਰ ਸਾਰੇ ਕਰ ਰਿਹਾ ਤਾਂ ਮੈਂ ਲਿਖ ਸਕਦਾ। ਫਿਰ ਮੈਂ ਹੋਰ ਗਾਣੇ ਲਿਖੇ ਜੀ, ਟੱਚਵੁੱਡ ਉਹਨਾਂ ਨੂੰ ਹੋਰ ਜ਼ਿਆਦਾ ਪਿਆਰ ਮਿਲਿਆ, ਹੈ ਨਾ। ਤਾਂ ਫਿਰ ਹੌਲੀ ਹੌਲੀ ਕਰਦੇ ਕਰਦੇ ਮੈਨੂੰ ਲੱਗਿਆ ਹੁਣ ਕੰਮ ਤਾਂ ਕੋਈ ਕਰਨਾ ਹੀ ਜ਼ਿੰਦਗੀ ਦੇ ਵਿੱਚ, ਕਿਉਂ ਨਾ ਆਪਾਂ ਇਸੇ ਪ੍ਰੋਫੈਸ਼ਨ ਦੇ ਵਿੱਚ ਆ ਜਾਵਾਂ। ਸੋ ਫਿਰ ਮੈਂ ਇੱਧਰ ਭਾਅ ਜੀ ਆਪਾਂ ਗੱਲ ਕਰੀਏ, ਕਿਉਂਕਿ ਦੇਖਿਆ ਜਾਂਦਾ ਕਿ ਹਰ ਕਾਮਯਾਬ ਆਦਮੀ ਜਿਹੜਾ ਹੁੰਦਾ ਉਹਨੇ ਸਟਰਗਲ ਬਹੁਤ ਕੀਤੀ ਹੁੰਦੀ ਹੈ, ਬਿਕੋਜ਼ ਜਿਸ ਟਾਈਮ ਤੁਸੀਂ ਆਸਟ੍ਰੇਲੀਆ ਗਏ ਸੀ ਤੁਸੀਂ ਉਸ ਟਾਈਮ ਕਾਫੀ ਸਟਰਗਲ ਕੀਤੀ ਸੀ, ਕਾਫੀ ਜੋਬਸ ਕੀਤੀਆਂ ਸੀ, ਟੈਕਸੀ ਟੁਕਸੀ ਸਿਕਿਉਰਿਟੀ ਫੂਡ ਤੋਂ ਲੈ ਕੇ, ਸੋ ਕਿੱਦਾਂ ਦਾ ਸਫ਼ਰ ਸੀ ਉਸ ਟਾਈਮ ਦਾ, ਖਾਣਾ ਪੀਣਾ ਰਹਿਣਾ? ਜੀ ਬਿਲਕੁਲ, ਹਰ ਬੰਦਾ ਆਪਣੀ ਲਾਈਫ ਦੇ ਵਿੱਚ ਆਪਣੀ ਲਾਈਫ ਨੂੰ ਬਿਹਤਰ ਬਣਾਉਣ ਲਈ ਸਟਰਗਲ ਕਰਦਾ। ਸੋ ਮੈਂ ਵੀ ਕੀਤਾ, ਮੈਂ ਪੜ੍ਹਨ ਗਿਆ ਸੀਗਾ ਜੀ ਉੱਥੇ, ਸੋਚ ਕੇ ਨਹੀਂ ਸੀ ਗਿਆ ਕਿ ਮੈਂ ਸਿੰਗਰ ਬਣਦਾ ਜੀ, ਪਰ ਜਦੋਂ ਆਸਟ੍ਰੇਲੀਅਨ ਛੱਲੇ ਵਾਲਾ ਵੀਡੀਓ ਜਿਹੜਾ ਪਾਪੂਲਰ ਹੋਇਆ, ਤਾਂ ਉਸ ਤੋਂ ਬਾਅਦ ਫਿਰ ਥੋੜ੍ਹਾ ਜਿਹਾ ਹੋ ਗਿਆ ਕਿ ਯਾਰ ਹੁਣ ਆਪਣੇ ਆਪ ਨੂੰ ਪ੍ਰੂਵ ਕਰਨਾ, ਕਿ ਲੋਕ ਵਿੱਚ ਇੱਦਾਂ ਕਹੀ ਜਾਂਦੇ ਸੀ ਕਿ ਕਮਰੇ 'ਚ ਬੈਠ ਕੇ ਗਾ ਸਕਦਾ, ਇਹਦੇ ਪੈਰ ਥੱਲੇ ਬਟੇਰਾ ਆ ਗਿਆ, ਹੈ ਨਾ, ਬਹੁਤ ਮਤਲਬ ਗੱਲਾਂ ਸੁਣਨ ਨੂੰ ਮਿਲਦੀਆਂ ਸੀਗੀਆਂ। ਸੋ ਉਸ ਤੋਂ ਬਾਅਦ ਮੈਂ ਫਿਰ ਪੈਸੇ ਪੂਸੇ ਇਕੱਠੇ ਕਰਕੇ ਪਹਿਲੀ ਐਲਬਮ ਕੀਤੀ, ਜਿਹੜੀ ਕਿ ਬਹੁਤ ਜ਼ਿਆਦਾ ਸਕਸੈਸਫੁਲ ਨਹੀਂ ਸੀ ਰਹੀ। ਉਸ ਤੋਂ ਬਾਅਦ ਜਿਹੜੇ 2-2.5 ਸਾਲ ਮੇਰਾ ਸੋਹਣੀ ਵਾਲਾ ਸਿੰਗਲ ਜਦੋਂ ਤੱਕ ਹਿੱਟ ਨਹੀਂ ਹੋਇਆ ਹੈਗਾ, ਅਤੇ ਇੱਥੋਂ ਸੋਹਣੀ ਹੋਰ ਲੱਭ ਗਈ, ਤਾਂ ਉਹ ਜਿਹੜੇ 2-2.5 ਸਾਲ ਸੀਗੇ ਬੜੇ ਡਿਪਰੈਸ਼ਨ ਵਾਲੇ ਸੀਗੇ, ਮੈਂ ਕਹੂੰਗਾ ਕਿ ਆਪਣੇ ਆਪ ਨਾਲ ਇੱਕ ਲੜਾਈ ਹੁੰਦੀ ਸੀ ਕਿ ਯਾਰ ਹੁਣ ਵੀ ਕਰਨਾ ਪਰ ਕਿਵੇਂ ਕਰਨਾ, ਹੈ ਨਾ। ਸੋ ਉਹਦੇ ਵਿੱਚ ਮੇਰੇ ਦੋਸਤਾਂ ਨੇ ਬਹੁਤ ਹੈਲਪ ਕੀਤੀ ਜੀ, ਮੇਰੀ ਫੈਮਲੀ ਨੇ ਬਹੁਤ ਹੈਲਪ ਕੀਤੀ, ਮੈਨੂੰ ਫਾਈਨੈਂਸ਼ਲੀ ਪੈਸੇ ਨਹੀਂ ਸੀ ਹੁੰਦੇ ਸਾਡੇ, ਮੇਰੇ ਸਾਰੇ ਦੋਸਤਾਂ ਨੇ ਜਿੰਨੇ ਵੀ ਆਸਟ੍ਰੇਲੀਆ ਵਿੱਚ ਸੀਗੇ ਪੈਸੇ ਇਕੱਠੇ ਕਰ ਕਰਕੇ ਅਸੀਂ ਵੀਡੀਓਜ਼ ਬਣਾਏ, ਅਤੇ ਸਾਰਿਆਂ ਨੇ ਬਹੁਤ ਸਪੋਰਟ ਕੀਤੀ, ਤਾਂ ਟੱਚਵੁੱਡ ਵਧੀਆ ਜੀ, ਅੱਜ ਮਿਹਨਤ ਦਾ ਫਲ ਮਿਲ ਰਿਹਾ। ਅਤੇ ਭਾਈ ਤੁਸੀਂ ਹਮੇਸ਼ਾ ਮੰਨਦੇ ਹੈਗੇ ਕਿ ਤੁਹਾਡੇ ਪਿੰਡ 'ਚ ਵੀ ਸੁਪਰ ਪਾਵਰ ਹੈਗੀ ਹੈ, ਤੁਸੀਂ ਉੱਥੇ ਕੋਈ ਵੀ ਨਵਾਂ ਕੰਮ ਕਰਦੇ ਹੋ ਉੱਥੇ ਮੱਥਾ ਜ਼ਰੂਰ ਟੇਕਣ ਜਾਂਦੇ ਹੈਗੇ ਹੋ? ਹਾਂਜੀ, ਸਾਡਾ ਪਿੰਡ ਰਾਈਆਂ ਜੀ ਪੁਰਾਣਾ, ਅਤੇ ਵੈਸੇ ਮੇਰੇ ਦਾਦਾ ਜੀ ਹੁਣੀ ਸਮਰਾਲੇ ਰਹਿਣ ਲੱਗ ਗਏ ਸੀਗੇ, ਤਾਂ ਮੇਰਾ ਅਤੇ ਮੇਰੇ ਡੈਡੀ ਦਾ ਵੀ ਈਵਨ ਬਰਥ ਸਮਰਾਲੇ ਦੇ ਸੀ, ਪਰ ਅਸੀਂ ਪਿੰਡ ਜਾਂਦੇ ਹੁੰਦੇ ਹਾਂ ਜੀ, ਬਾਬਾ ਮਾਨਸਾ ਰਾਮ ਜੀ ਦੀ ਉੱਥੇ ਸਮਾਧ ਹੈ ਜੀ। ਸੋ ਸਾਰਾ ਪਿੰਡ ਸਾਡਾ, ਸਾਰੇ ਰਾਏ ਜਿਨ੍ਹਾਂ ਦਾ ਗੋਤ ਆਇਆ ਸਾਡਾ, ਸਾਰਾ ਏਰੀਆ ਉੱਥੇ ਬਹੁਤ ਉਹ ਜਗ੍ਹਾ ਦੀ ਮਾਨਤਾ ਉਹਨਾਂ ਨੂੰ ਮੰਨਦੇ ਆ। ਸੋ ਅਸੀਂ 10ਵੀਂ ਨੂੰ ਮੱਥਾ ਟੇਕਣ ਜਾਈਦਾ ਜੀ ਉੱਥੇ, ਸੋ ਓਬਵੀਅਸਲੀ ਸਾਡੇ ਸ਼ਹੀਦਾਂ ਦੀ ਜਗ੍ਹਾ ਹੈ, ਤਾਂ ਜਾਂਦੇ ਹਾਂ ਸਾਰੇ। ਹਾਂਜੀ, ਜਾਂਦੇ ਹੋ ਸਾਰੇ। ਸੋ ਦੂਸਰੀ ਮਜ਼ੇ ਦੀ ਗੱਲ ਹੈਗੀ ਕਿ ਭਾਅ ਜੀ ਤੁਹਾਡਾ ਜਿਹੜਾ ਫਸਟ ਲਵ ਹੈਗਾ ਭਾਅ ਜੀ ਕ੍ਰਿਕਟ ਹੈਗਾ ਜੀ, ਸੋ ਕ੍ਰਿਕਟ ਨੂੰ ਤੁਸੀਂ ਅੱਜ ਵੀ ਹਮੇਸ਼ਾ ਮਿਸ ਕਰਦੇ ਹੋ, ਤੁਸੀਂ ਹਮੇਸ਼ਾ ਕਹਿੰਦੇ ਕਿ ਮੈਨੂੰ ਯੋਗਰਾਜ ਜੀ ਕੋਚ ਜਿਹੜੇ ਨੇ ਬਹੁਤ ਵਧੀਆ ਲੱਗਦੇ, ਖਾਸ ਕਰ ਯੁਵਰਾਜ ਜੀ। ਹਾਂਜੀ ਜੀ, ਬਿਲਕੁਲ, ਇੱਕ ਬੰਦੇ ਦੀ ਆਪਣੀ ਇੱਛਾ ਹੁੰਦੀ ਹੈ। ਸੋ ਮੇਰੀ ਇੱਛਾ ਛੋਟੇ ਹੁੰਦੇ ਤੋਂ ਇਹੀ ਹੁੰਦੀ ਸੀਗੀ ਕਿ ਮੈਂ ਕ੍ਰਿਕਟਰ ਬਣਨਾ, ਹੈ ਨਾ। ਤਾਂ ਮੈਂ ਤਾਂ ਜਦੋਂ ਕਦੇ ਮੱਥਾ ਵੀ ਟੇਕਦਾ ਸੀ ਤਾਂ ਹੀ ਟੇਕਦਾ ਹੁੰਦਾ ਸੀ ਕਿ ਰੱਬਾ ਮੈਂ ਇੰਡੀਅਨ ਟੀਮ 'ਚ ਖੇਡਣਾ, ਪਰ ਉਹ ਕਹਿ ਲਓ ਕਿ ਚਾਹੇ ਮੈਂ ਇੰਨਾ ਐਕਸਟਰਾਆਰਡਨਰੀ ਪਲੇਅਰ ਨਹੀਂ ਸੀਗਾ ਜਾਂ ਮੇਰੀ ਕਿਸਮਤ ਸੀਗੀ, ਮੈਂ ਉਸ ਪਾਸੇ ਨੂੰ ਨਹੀਂ ਜਾ ਸਕਿਆ। ਈਵਨ ਮੈਂ ਕੋਸ਼ਿਸ਼ ਕੀਤੀ, ਪਰ ਉਹ ਸ਼ਾਇਦ ਕੋਸ਼ਿਸ਼ ਵੀ ਲੇਟ ਬਹੁਤ ਸ਼ੁਰੂ ਕੀਤੀ, ਹੈ ਨਾ, ਕਿਉਂਕਿ ਹੁਣ ਜਾ ਕੇ ਪਤਾ ਲੱਗਦਾ ਕਿ ਜੇ ਤੁਸੀਂ ਪ੍ਰੋਫੈਸ਼ਨਲੀ ਕ੍ਰਿਕਟ ਵੱਲ ਨੂੰ ਤੁਰਨਾ ਤਾਂ ਤੁਹਾਨੂੰ ਜਦੋਂ ਤੁਸੀਂ ਸਕੂਲ ਦੇ ਵਿੱਚ ਛੋਟੇ ਹੁੰਦੇ ਹੋ ਤੁਹਾਨੂੰ ਉਦੋਂ ਤੋਂ ਸ਼ੁਰੂ ਕਰਨਾ ਚਾਹੀਦਾ, ਤਾਂ ਜਾ ਕੇ ਤੁਹਾਡਾ ਜਿਹੜਾ ਕੈਰੀਅਰ ਉਹ ਬਣਦਾ। ਪਰ ਐਨੀ ਹਾਓ, ਜੋ ਵੀ ਮੈਂ ਯੋਗਰਾਜ ਸਿੰਘ ਜੀ ਕੋਲ 2 ਸਾਲ ਉਹਨਾਂ ਦੀ ਅਕੈਡਮੀ ਦੇ ਵਿੱਚ ਟ੍ਰੇਨਿੰਗ ਕੀਤੀ ਜੀ। ਤੇ ਚੰਡੀਗੜ੍ਹ ਵੀ ਸੀ ਭਾਅ ਜੀ? ਹਾਂਜੀ, ਮੈਂ 15 ਨਹੀਂ ਨਹੀਂ ਮੈਂ ਸੈਕਟਰ 15 ਰਹਿੰਦੇ ਹੁੰਦੇ ਸੀ, ਡੀਏਵੀ ਕਾਲਜ ਦਾ ਪਾਸ ਆਊਟ ਹਾਂ ਜੀ, ਮੈਂ ਉੱਥੋਂ ਗ੍ਰੈਜੂਏਸ਼ਨ ਕੀਤੀ ਹੈ। ਸੋ ਡੀਏਵੀ ਕਾਲਜ ਸੈਕਟਰ 10 ਉਹਨਾਂ ਦੀ ਅਕੈਡਮੀ ਵੀ ਹੁੰਦੀ ਸੀਗੀ, ਸੋ ਦਿਲ ਉੱਥੇ ਨਹੀਂ ਲੱਗਦਾ, ਪਿੰਡ ਚਲੇ ਜਾਂਦੇ ਸੀਗੇ ਯਾਰਾ ਦੋਸਤਾਂ ਕੋਲ। ਹਾਂਜੀ, ਤੁਸੀਂ
ਫਸਟ ਈਅਰ ਦੇ ਵਿੱਚ ਮੈਂ ਗੋਬਿੰਦਗੜ੍ਹ ਐਡਮਿਸ਼ਨ ਲੈ ਲਈ ਸੋ ਪਹਿਲਾਂ ਮੈਨੂੰ ਖੰਨੇ ਆਉਣਾ ਪੈਂਦਾ ਸੀ ਬੱਸ 'ਚ, ਫਿਰ ਖੰਨੇ ਤੋਂ ਬੱਸ ਲੈ ਕੇ ਗੋਬਿੰਦਗੜ੍ਹ ਆਉਣਾ ਪੈਂਦਾ ਸੀਗਾ। ਪਰ ਹਾਂਜੀ ਉਹ ਟਾਈਮ ਬਹੁਤ ਵਧੀਆ ਸੀ, ਉਹ ਦਿਨ ਬਹੁਤ ਵਧੀਆ ਸੀ। ਹੁਣ ਯਾਦ ਕਰੀਦਾ, ਹੁਣ ਵੀ ਜਦੋਂ ਕਦੇ ਲੰਘੀ ਦਾ ਖੰਨੇ ਜਦੋਂ ਬੱਸ ਖੜੀ ਹੋਵੇ ਤਾਂ ਮੈਨੂੰ ਬੜਾ ਪਿਆਰ ਆਉਂਦਾ ਕਿ ਮੈਂ ਲਗਾਤਾਰ ਇੱਥੋਂ 3 ਸਾਲ ਬੱਸਾਂ 'ਚ ਇੱਥੇ ਆਉਂਦਾ ਰਿਹਾ, ਸੋ ਮੈਨੂੰ ਵਧੀਆ ਲੱਗਦਾ ਜੀ। ਹਾਂਜੀ ਪਿੰਡ ਨੂੰ ਖੰਨੇ ਨੂੰ ਸਿੱਧੀ ਬੱਸ ਨਾ ਜਾਵੇ ਜੀ, ਕਿੱਥੇ ਹੋ ਕੇ ਜਾਂਦੀ ਹੈ ਜੀ, ਨਾ ਸਮਰਾਲਾ ਦੇ ਲਓ। ਹਾਂਜੀ ਹਾਂਜੀ ਸਾਡਾ ਏਰੀਆ ਸੇਮ ਹੈ ਜੀ, ਸ਼ਾਇਦ ਤਾਂ ਕਰਕੇ ਵੀ ਵਾਹਵਾ ਸੁਭਾਅ ਰਲਦਾ, ਕ੍ਰਿਕਟ ਇਹਨੂੰ ਵੀ ਬਹੁਤ ਪਸੰਦ ਆ, ਸੋ ਅਸੀਂ ਜਦੋਂ ਵੀ ਸਾਨੂੰ ਕਦੇ ਮੌਕਾ ਮਿਲਦਾ ਅਸੀਂ ਕ੍ਰਿਕਟ ਜ਼ਰੂਰ ਖੇਡਦੇ। ਤੁਹਾਡੀ ਦੋਨਾਂ ਦੀ ਬਹੁਤ ਚੀਜ਼ਾਂ ਮਿਲਦੀਆਂ, ਭੰਗੜਾ ਤੁਹਾਨੂੰ ਦੋਨਾਂ ਨੂੰ ਪਸੰਦ ਆ, ਬਹੁਤ ਵਧੀਆ ਭੰਗੜਾ ਪਾਉਂਦੇ, ਸਪੋਰਟਸ 'ਚ ਤੁਹਾਡੇ ਦੋਨਾਂ ਦੀ ਰੁਚੀ ਹੈ, ਵਾਲੀਬਾਲ ਕ੍ਰਿਕਟ ਇੱਧਰ ਵੀ ਦੇਖੋ ਕ੍ਰਿਕਟ ਹੈਗੀ ਹੈ, ਅਤੇ ਉਸ ਤੋਂ ਫਿਟਨੈਸ ਤੁਸੀਂ ਦੋਨੋਂ ਬਹੁਤ ਧਿਆਨ ਦਿੰਦੇ ਹੈਗੇ ਹੋ, ਤੁਸੀਂ ਵੀ ਕਹਿੰਦੇ ਐਕਸਰਸਾਈਜ਼ ਕਰ ਲਈ ਦੀ, ਰਨਿੰਗ ਕਰ ਲਈ ਦੀ, ਸਿਰ ਜਿੰਮ ਜਾਈਦਾ, ਜਿੰਨਾ ਕੁਝ ਚਾਹੀਦਾ ਬੋਡੀ ਨੂੰ ਸਾਡੀ, ਸੋ ਇਹਨਾਂ ਸਾਰੀ ਜੇ ਤੁਸੀਂ ਦੋਨੋਂ ਬਹੁਤ ਚੀਜ਼ ਕੀ ਲੱਗਦਾ ਹੈ ਕਿ ਕਿੱਥੇ ਆ ਕੇ ਜੇ ਆਪਾਂ ਸਾਰੀਆਂ ਚੀਜ਼ਾਂ ਇੰਨੀਆਂ ਮਿਲ ਰਹੀਆਂ ਨੇ, ਵੀ ਭਾਅ ਜੀ ਕਹਿੰਦੇ ਅਕਸਰ ਪੁਰਾਣੇ ਜਨਮਾਂ ਦਾ ਕਿੱਥੇ ਨਾ ਕਿੱਥੇ ਹੈਗਾ ਵਾ। ਹਾਂਜੀ ਉਹੀ ਹੈ ਕਿ ਜਦੋਂ ਆਪਾਂ ਆਪਣਾ ਦੋਸਤ ਚੂਜ਼ ਕਰਦੇ ਹਾਂ, ਤੁਹਾਡੇ ਵੀ ਜਿੰਨੇ ਵੀ ਕੋਈ ਦੋਸਤ ਹੋਣਗੇ ਤਾਂ ਬਹੁਤ ਸਾਰੀਆਂ ਚੀਜ਼ਾਂ ਕਾਮਨ ਹੁੰਦੀਆਂ, ਤਾਂ ਹੀ ਤੁਹਾਡੀ ਇੱਕ ਦੂਜੇ ਨਾਲ ਬਣਦੀ ਹੈ, ਸੋ ਇਹ ਸੁਭਾਵਿਕ ਹੈ ਜੀ। ਸੋ ਸਾਡੀ ਬਹੁਤ ਚੀਜ਼ਾਂ 'ਚ ਬਣਦੀ ਹੈ, ਬਹੁਤ 'ਚ ਨਹੀਂ ਵੀ ਬਣਦੀ, ਕਈ ਗੱਲਾਂ ਨੂੰ ਲੈ ਕੇ ਸਾਡੇ ਵਿਚਾਰ ਨਹੀਂ ਰਲਦੇ ਹੈਗੇ, ਇੱਦਾਂ ਨਹੀਂ ਹੈਗਾ ਕਿ ਅਸੀਂ ਲੜਦੇ ਨਹੀਂ ਹੈਗੇ, ਸੋ ਇਹੀ ਹੈ ਕਿ ਜੇ ਤੁਹਾਡੀ ਕਈ ਵਾਰੀ ਸੋਚ ਨਹੀਂ ਵੀ ਰਲਦੀ ਫਿਰ ਵੀ ਤੁਸੀਂ ਇੱਕ ਦੂਜੇ ਨਾਲ ਦਬਾਉਂਦੇ, ਉਹੀ ਚੀਜ਼ ਦੋਸਤੀ ਹੁੰਦੀ ਹੈ, ਉਹ ਕਿਸੇ ਵੀ ਰਿਲੇਸ਼ਨਸ਼ਿਪ ਦੇ ਵਿੱਚ ਉਹ ਚੀਜ਼ ਬਹੁਤ ਮੈਟਰ ਕਰਦੀ ਆ। ਬਿਲਕੁਲ ਭਾਅ ਜੀ, ਸੌਂਗ ਆਇਆ ਸੀ ਬਾਪੂ ਜੀ ਮੇਰਾ, ਤੁਸੀਂ ਬਾਹਰ ਜਾ ਕੇ ਆਪਣੇ ਰਿਲੇਸ਼ਨ ਨੂੰ ਕਾਫੀ ਮਿਸ ਕੀਤਾ, ਮੈਂ ਮੋਮ ਡੈਡ ਨੂੰ ਕਾਫੀ ਮਿਸ ਕੀਤਾ, ਤੁਸੀਂ ਮਾਂ 'ਤੇ ਵੀ ਸੌਂਗ ਉਸ ਟਾਈਮ ਕੱਢਿਆ ਸੀਗਾ। ਜੀ 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 ਬਿਲਕੁਲ ਜੀ, ਮੈਂ ਤੁਹਾਨੂੰ ਗਾਣਾ ਸੁਣਾਉਣਾ, ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਆਪਾਂ ਆਪਣੇ ਪਰਿਵਾਰ ਦੇ ਨੇੜੇ ਰਹਿੰਦੇ ਹਾਂ, ਆਪਣੇ ਦੋਸਤਾਂ ਦੇ ਵਿੱਚ ਜਾਂ ਆਪਣੇ ਸ਼ਹਿਰ ਨਾਲ ਪਿੰਡ ਨਾਲ ਨੇੜੇ ਹੁੰਦੇ ਹਾਂ, ਤਾਂ ਸ਼ਾਇਦ ਆਪਾਂ ਨੂੰ ਉਦੋਂ ਉਹਦੀ ਵੈਲਿਊ ਨਹੀਂ ਪਤਾ ਹੁੰਦੀ ਉੰਨੀ ਜਿੰਨੀ ਆਪਾਂ ਬਾਹਰ ਜਾ ਕੇ ਮਿਸ ਕਰਦੇ ਹਾਂ। ਉਦੋਂ ਬਾਹਰ ਜਾ ਕੇ ਫਿਰ ਪਤਾ ਲੱਗਿਆ ਕਿ ਯਾਰ ਕਿੰਨੀਆਂ ਸਹੂਲਤਾਂ ਸੀਗੀਆਂ, ਘਰੇ ਕਦੇ ਪਾਣੀ ਦਾ ਗਲਾਸ ਚੱਕ ਕੇ ਇੱਧਰ ਨਹੀਂ ਸੀ ਰੱਖਿਆ, ਹੈ ਨਾ, ਤਾਂ ਬਿਲਕੁਲ ਉੱਥੇ ਜਾ ਕੇ ਬੰਦਾ ਇਮੋਸ਼ਨਲੀ ਵੀਕ ਹੋ ਜਾਂਦਾ ਅਤੇ ਮਿਸ ਕਰਦਾ ਸਾਰਿਆਂ ਨੂੰ। ਹਾਂਜੀ ਮੈਂ ਮਾਵਾਂ ਵਾਲਾ ਗਾਣਾ ਲਿਖਿਆ ਸੀ, ਉਹਦੇ ਤੁਹਾਨੂੰ ਦੋ ਲੈਣਾ ਸੁਣਾਉਣਾ। ਰੂਪ ਰੱਬ ਦਾ ਨੇ ਮਾਵਾਂ ਹੁੰਦੀਆਂ, ਰੂਪ ਰੱਬ ਦਾ ਨੇ ਮਾਵਾਂ ਹੁੰਦੀਆਂ, ਪਹਿਰਾਂ ਚ ਸਵਰਗ ਵਸੇ, ਹਾਂ ਪਹਿਰਾਂ ਚ ਸਵਰਗ ਵਸੇ, ਸਦਾ ਦਿਲ ਚ ਦੁਆਵਾਂ ਹੁੰਦੀਆਂ, ਹਾਏ ਸਦਾ ਦਿਲ ਚ ਦੁਆਵਾਂ ਹੁੰਦੀਆਂ। ਥੈਂਕ ਯੂ ਜੀ। ਭਾਅ ਜੀ ਦੇਖਿਆ ਤੁਸੀਂ ਬੱਬੂ ਮਾਨ ਜੀ ਨੂੰ ਬਹੁਤ ਪਸੰਦ ਕਰਦੇ ਹੋ, ਬਚਪਨ ਦੇ ਤੁਹਾਡੇ ਘਰ ਆਉਂਦੇ ਜਾਂਦੇ ਰਹਿੰਦੇ ਸੀਗੇ, ਕੀ ਕਹੋਗੇ ਉਹਨਾਂ ਵਾਸਤੇ? ਜੀ ਮੈਂ ਬਹੁਤ ਪਸੰਦ ਕਰਦਾ ਉਹਨਾਂ ਨੂੰ, ਬਿਲਕੁਲ ਮੇਰੇ ਡੈਡ ਨਾਲ ਉਹਨਾਂ ਦੇ ਬੜੇ ਫਰੈਂਡਲੀ ਰਿਲੇਸ਼ਨ ਸੀਗੇ, ਸੋ ਮੈਂ ਤਾਂ ਉਹਨਾਂ ਨੂੰ ਵੀਰਾ ਹੀ ਕਹਿੰਦਾ ਹੁੰਦਾ ਸੀ ਛੋਟੇ ਹੁੰਦੇ ਤੋਂ, ਅਤੇ ਮੈਂ ਉਹਨਾਂ ਦਾ ਬੜਾ ਫੈਨ ਵੀ ਹਾਂ ਉਹਨਾਂ ਦੇ ਕੰਮ ਤੋਂ। ਉਹਨਾਂ ਤੋਂ ਇੰਸਪੀਰੇਸ਼ਨ ਵੀ ਮੈਨੂੰ ਬਹੁਤ ਮਿਲੀ, ਕਿਉਂਕਿ ਉਹ ਪਹਿਲੇ ਕਹਿ ਲਓ ਕਿ ਸੁਪਰ ਸਟਾਰ ਸੀਗੇ ਜਿਹੜੇ ਕਿ ਮਤਲਬ ਮੇਰੇ ਦੇਖਦੇ ਦੇਖਦੇ ਹੈ ਨਾ ਸਟਾਰ ਬਣੇ ਜਾਂ ਸੁਪਰ ਸਟਾਰ ਬਣੇ, ਸੋ ਓਬਵੀਅਸਲੀ ਤੁਹਾਨੂੰ ਇੰਸਪੀਰੇਸ਼ਨ ਮਿਲਦੀ ਕਿ ਯਾਰ ਇਹ ਬੰਦਾ ਸਾਡੇ ਘਰ ਆਉਂਦਾ ਹੁੰਦਾ ਸੀ, ਮੈਨੂੰ ਜਾਣਦਾ ਪਰਸਨਲੀ, ਇਹ ਹੁਣ ਇੰਨਾ ਸਟਾਰ ਆ, ਲੋਕ ਇਹਦੇ ਪਿੱਛੇ ਕਰੇਜ਼ੀ ਆ, ਉਹਦੇ ਕੰਮ ਨੂੰ ਪਸੰਦ ਕਰਦੇ ਆ, ਸੋ ਉੱਥੋਂ ਤੁਹਾਨੂੰ ਇੰਸਪੀਰੇਸ਼ਨ ਮਿਲਦੀ ਹੈ ਜੀ। ਬਿਲਕੁਲ ਮੈਂ ਫੈਨ ਹਾਂ ਉਹਨਾਂ ਦਾ। ਦੇਖੋ ਮੈਨੂੰ ਬੱਬੂ ਮਾਨ ਤੋਂ ਯਾਦ ਆਇਆ, ਭਾਅ ਜੀ ਵੀ ਅਮਰਿੰਦਰ ਗਿੱਲ ਤੇ ਬਹੁਤ ਫੈਨ ਹੈਗੇ, ਭਾਅ ਜੀ ਵੀ ਸਟੇਜ ਤੇ ਪਹੁੰਚ ਜਾਂਦੇ ਜੀ ਗਾਣਾ ਗਾਣਾ ਮੈਂ, ਭਾਅ ਜੀ ਤੁਹਾਡੇ ਨਾਲ। ਮੈਨੂੰ ਵੀ ਮੈਂ ਦੱਸਿਆ ਮੈਨੂੰ ਉਸ ਟਾਈਮ ਬਹੁਤ ਸਪੋਰਟ ਕੀਤੀ ਅਮਰਿੰਦਰ ਬਾਈ ਨੇ, ਜਦੋਂ ਮੈਂ ਕਾਲਜ 'ਚ ਪੜ੍ਹਦਾ ਸੀਗਾ ਤਾਂ ਮੇਰੇ ਕਜ਼ਨ ਦਾ ਵਿਆਹ ਸੀ ਇੱਥੇ, ਅਮਰਿੰਦਰ ਬਾਈ, ਹਾਂਜੀ ਅਮਰਿੰਦਰ ਬਾਈ ਨੇ ਪਰਫੋਰਮ ਕੀਤਾ, ਸੋ ਮੈਂ ਸੋਚ ਉੱਥੇ ਗਿਆ ਅਤੇ ਮੈਂ ਬਾਈ ਜੀ ਨੂੰ ਪਹਿਲਾਂ ਮਿਲਿਆ ਸ਼ੋ ਸ਼ੁਰੂ ਹੋਣ ਤੋਂ ਪਹਿਲਾਂ, ਮੈਂ ਭਾਅ ਜੀ ਮੈਂ ਵੀ ਗਾ ਲੈਣਾ, ਕਹਿੰਦਾ ਚਲ ਸਟੇਜ 'ਤੇ ਗਾ ਲੈ ਤੂੰ, ਸੋ ਮੈਂ ਹਜੇ ਚੜਿਆ ਸਟੇਜ 'ਤੇ, ਮੈਂ ਇੱਕ ਗਾਣਾ ਗਾਇਆ, ਦੋ ਗਾਏ, ਤਿੰਨ ਗਾਏ, ਅਮਰਿੰਦਰ ਬਾਈ ਪਿੱਛੇ ਕੱਚਾ ਜਾਂਦੇ ਖੜੇ ਸੀਗੇ, ਮੈਨੂੰ ਮੇਰੇ ਨਾਲ ਲੈ ਕੇ ਕਹਿੰਦਾ ਯਾਰ, ਕਹਿੰਦਾ ਸ਼ਰਮ ਕਰ, ਕਹਿੰਦਾ ਕਿਸੇ ਦੇ ਸਟੇਜ 'ਤੇ ਐਂ ਨਹੀਂ ਗਾਈਦਾ ਹੁੰਦਾ, ਬੰਦਾ ਗੁੱਸਾ ਕਰ ਜਾਂਦਾ, ਫਿਰ ਮੈਂ ਇੰਡੜਾ ਗਾਣਾ, ਪਰ ਮੇਰੇ ਕੀੜਾ ਇੰਨਾ ਸੀ ਗਾਉਣ ਵਾਲਾ, ਮੈਂ ਕਿਹਾ ਵੀ ਅਖੀਰਲਾ ਗਾਣਾ ਗਾਉਣਾ ਬਾਈ ਜੀ ਦੇ ਨਾਲ, ਉਹ ਵੀਡੀਓ ਵੀ ਆਈ ਯੂਟਿਊਬ 'ਤੇ, ਸੋ ਉਦੋਂ ਸਟਾਰਟ ਹੋਈ ਸੀ, ਤਾਂ ਮੈਂ ਉਦੋਂ ਬਾਈ ਨਾਲ ਕੰਟੈਕਟ ਦੇ ਵਿੱਚ ਆਇਆ ਸੀਗਾ, ਫਿਰ ਉਸ ਤੋਂ ਬਾਅਦ ਮੈਂ ਟਰਾਈ ਕਰਦਾ ਵੀ ਮੈਂ ਜਿੱਥੇ ਬਾਈ ਨੇੜੇ ਤੇੜੇ ਹੁੰਦੇ ਸੀਗੇ ਮੈਂ ਉਹਨਾਂ ਨੂੰ ਫੋਨ ਆਪ ਕਰ ਲੈਂਦਾ, ਜਿੱਥੇ ਮੈਨੂੰ ਪਤਾ ਲੱਗਦਾ ਸੀ ਕਿ ਬਾਈ ਜੀ ਮੈਂ ਆ ਕੇ ਤੁਹਾਡਾ ਪ੍ਰੋਗਰਾਮ ਸ਼ੁਰੂ ਕਰ ਦੇਣਾ, ਮੈਂ ਗਾ ਲੈਣਾ, ਅਤੇ ਬਹੁਤ ਵਧੀਆ ਇਨਸਾਨ ਨੇ ਅਮਰਿੰਦਰ ਬਾਈ, ਉਹਨਾਂ ਨੇ ਆਲਵੇਜ਼ ਸਪੋਰਟ ਕੀਤਾ ਮੈਨੂੰ, ਕਦੇ ਇਹ ਨਹੀਂ ਕਿਹਾ ਵੀ ਤੂੰ ਨਹੀਂ ਅੱਜ ਔਖਾ ਇਹ ਆ ਉਹ ਆ ਕੁਛ ਵੀ, ਹਰ ਗੱਲ ਦੇ ਵਿੱਚ ਸਪੋਰਟ ਕੀਤਾ, ਅੱਜ ਵੀ ਜਿੰਨੇ ਵਧੀਆ ਤੁਹਾਨੂੰ ਸਕਰੀਨ 'ਤੇ ਦੇਖਦੇ ਆ ਤਾਂ ਡਬਲ ਵਧੀਆ ਉਹਨਾਂ ਦਾ ਨੇਚਰ ਆ, ਅਤੇ ਆਲਵੇਜ਼ ਸਪੋਰਟ ਕਰਦੇ, ਹੁਣ ਵੀ ਕਰਦੇ। ਔਰ ਤੁਹਾਨੂੰ ਭਾਅ ਜੀ ਆਪਣਾ ਫੇਵਰੇਟ ਐਕਟਰ ਦੀ ਗੱਲ ਕਰੀਏ ਤਾਂ ਆਪਣਾ ਤੁਸੀਂ ਅਮੀਰ ਖਾਨ, ਰਣਬੀਰ ਸਿੰਘ ਦੀ ਕਹਿੰਦੇ ਕਿ ਉਹਦੀ ਐਨਰਜੀ ਬਹੁਤ ਮੈਨੂੰ ਵਧੀਆ ਲੱਗਦੀ ਹੈ। ਹਾਂ ਰਣਬੀਰ ਸਿੰਘ ਦੀ ਐਨਰਜੀ ਬਹੁਤ ਵਧੀਆ, ਜਿਵੇਂ ਕਹਿ ਲਓ ਕਿ ਉਹਨਾਂ ਨੂੰ ਦੇਖ ਕੇ ਐਂ ਲੱਗਦਾ ਕਿ ਵੀ ਇੰਨੀ ਐਨਰਜੀ ਬੰਦੇ ਦੇ ਵਿੱਚ ਹੋਣੀ ਚਾਹੀਦੀ ਹੈ, ਅਗਰ ਤੁਸੀਂ ਆਰਟਿਸਟ ਹੋ ਜਾਂ ਤੁਸੀਂ ਲੋਕਾਂ ਦੇ ਲਈ ਆਈਡਲ ਬਣਨਾ ਚਾਹੁੰਦੇ ਹੋ ਤਾਂ ਇੰਨੀ ਐਨਰਜੀ ਹੋਣੀ ਚਾਹੀਦੀ ਤਾਂ ਕਿ ਲੋਕ ਤੁਹਾਨੂੰ ਫੋਲੋ ਕਰਨ, ਤੁਹਾਨੂੰ ਦੇਖਣ, ਅਤੇ ਜਿਹੜੀ ਡੈਡੀਕੇਸ਼ਨ ਆ ਉਹ ਆਮਿਰ ਖਾਨ ਦੀ ਬਹੁਤ ਵਧੀਆ ਲੱਗਦੀ ਹੈ, ਜਿਵੇਂ ਹਰ ਪ੍ਰੋਜੈਕਟ
ਮੈਂ ਕਹਿਣਾ ਚਾਹੁੰਦਾ ਕਿ ਵੀ ਉਹ ਮੈਨੂੰ ਬਹੁਤ ਵਧੀਆ ਲੱਗਦੀਆਂ ਨੇ ਜੀ ਉਹਨਾਂ ਦੀ ਖਾਸੀਅਤ ਮੈਨੂੰ ਇਹ ਇਹ ਲੱਗਦੀ ਹੈ ਵੀ ਕਿ ਉਹ ਨੋਰਮਲ ਕੁੜੀਆਂ ਵਰਗੀਆਂ ਲੱਗਦੀਆਂ ਨੇ ਵੀ ਨੋਰਮਲ ਕੁੜੀਆਂ ਜਿਵੇਂ ਦੀਆਂ ਕੁੜੀਆਂ ਹੋਣੀਆਂ ਚਾਹੀਦੀਆਂ ਨੇ ਜਾਂ ਜੋ ਜਿਹੀਆਂ ਕੁੜੀਆਂ ਮੈਨੂੰ ਪਸੰਦ ਨੇ ਸੋਹਣੀ ਲੱਗਦੀ ਹੈ ਭਾਜੀ ਤੁਸੀਂ ਬ੍ਰੀਡਿੰਗ ਤੇ ਜੋ ਬੜਾ ਸੋਹਣੀ ਲੱਗਦੀ ਹਾਂ ਮੈਂ ਮਤਲਬ ਓਵਰਆਲ ਦੇਖੋ ਜੇ ਕੋਈ ਚੀਜ਼ ਸੋਹਣੀ ਲੱਗੂ ਤਾਂ ਹੀ ਤੁਸੀਂ ਕਹੋਗੇ ਵੀ ਆਪ ਸੋਹਣੀ ਸੈਨਾ ਕਿੱਦਾਂ ਦੇ ਉਹ ਸੋਹਣੀ ਨਹੀਂ ਉਹ ਵੀ ਸੋਹਣੀ ਹੈ ਜੀ ਅੱਜ ਦੋਨੇ ਸੋਹਣੀਆਂ ਨੇ ਕੁੜੀਆਂ ਮਾੜੀ ਕੋਈ ਨਹੀਂ ਮਾੜੀ ਦੇਖੋ ਇਹ ਚੀਜ਼ਾਂ ਸਾਰੀਆਂ ਰੱਬ ਵੱਲੋਂ ਬਣਾਈਆਂ ਹੁੰਦੀਆਂ ਨੇ ਬੰਦਾ ਉਸ ਚੀਜ਼ 'ਤੇ ਮਾਣ ਕਰ ਸਕਦਾ ਜੋ ਉਹਨੇ ਆਪ ਕਮਾਈ ਹੋਵੇ ਪਰ ਇਹ ਚੀਜ਼ਾਂ ਮੈਨੂੰ ਇਹ ਲੱਗਦੀਆਂ ਨੇ ਵੀ ਰੱਬ ਵੱਲੋਂ ਹੁੰਦੀਆਂ ਨੇ ਇਹ ਜੇ ਦਿੱਤੀਆਂ ਨੇ ਕਦੇ ਵੀ ਖੋ ਵੀ ਸਕਦਾ ਸੋ ਇਹ ਚੀਜ਼ ਦਾ ਮਾਣ ਕੋਈ ਨਹੀਂ ਪਰ ਹਾਂ ਜਿਹੜੀ ਚੀਜ਼ ਉਹਨਾਂ ਨੇ ਵਧੀਆ ਬਣਾਤੀ ਉਹਦੀ ਤਾਰੀਫ਼ ਕਰਨੀ ਬਣਦੀ ਆ ਸੋ ਮੈਨੂੰ ਵਧੀਆ ਲੱਗਦੀਆਂ ਨੇ ਮੈਂ ਤਾਰੀਫ਼ ਕਰਦਾ ਜਿਹਨਾਂ ਨੂੰ ਕੁੜੀਆਂ ਦੇ ਚੱਲਦੇ ਆਪਾਂ ਪ੍ਰਪੋਜ਼ ਵਾਲਾ ਸੀਨ ਵੀ ਭਾਈ ਤੋਂ ਪੁੱਛ ਹੀ ਲੈਂਦੇ ਹੈਗੇ ਹਾਂਜੀ ਜ਼ਰੂਰਤ ਨੀ ਪੈਂਦੀ ਨਾ ਜੀ ਉਹ ਕਹਿੰਦਾ ਨਾ ਰੱਬ ਨੇ ਇੰਨੀਆਂ ਚੀਜ਼ਾਂ ਬਖਸ਼ੀਆਂ ਤਾਂ ਇਹਨੂੰ ਰੱਬ ਨੇ ਸੋਹਣਾ ਇੰਨਾ ਬਣਾਇਆ ਕੁੜੀਆਂ ਨੂੰ ਆਪ ਹੀ ਪ੍ਰਪੋਜ਼ ਕਰ ਦਿੰਦੇ ਆ ਸੋ ਭਾਜੀ ਆਪਾਂ ਗੱਲ ਕਰੀਏ ਅਪਕਮਿੰਗ ਪੰਜਾਬੀ ਵਿੱਚ ਸਰਗੀ ਆ ਰਹੀ ਹੈਗੀ ਹੈ ਸੋ ਕਿੱਦਾਂ ਦਾ ਕਿਰਦਾਰ ਹੈ ਤੁਹਾਡਾ ਉਹਦੇ 'ਚ ਮੂਵੀ ਕਿੱਦਾਂ ਦੀ ਹੈ ਸਾਰੀ ਆਲ ਓਵਰ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਇਹ ਕਰਨੀ ਚਾਹੁੰਦਾ ਕਿ ਮਿਸਟਰ ਐਂਡ ਮਿਸਿਸ 420 ਤੋਂ ਬਾਅਦ ਅਸੀਂ ਦੋਨੇ ਜਾਣੇ ਇਕੱਠੇ ਪਹਿਲੀ ਵਾਰੀ ਆ ਰਹੇ ਹਾਂ ਲੀਡ ਰੋਲ ਦੇ ਵਿੱਚ ਸਰਗੀ ਫਿਲਮ ਇੱਕ ਬਹੁਤ ਹੀ ਇੰਟਰਟੇਨਿੰਗ ਤੁਹਾਡੀ ਸਾਰੀ ਫੈਮਿਲੀ ਲਈ ਹੋਊਗੀ ਫਿਲਮ ਤਾਂ ਜ਼ਰੂਰ ਜਾ ਕੇ ਤੁਸੀਂ 24 ਫਰਵਰੀ ਨੂੰ ਦੇਖ ਕੇ ਆਉਣੀ ਆ ਕਿਉਂਕਿ ਇਹਦੇ ਵਿੱਚ ਰੁਬੀਨਾ ਬਾਜਵਾ ਜੀ ਨੇ ਵੀ ਡੈਬਿਊ ਕੀਤਾ ਅਤੇ ਨੀਰੂ ਬਾਜਵਾ ਜੀ ਨੇ ਡਾਇਰੈਕਟ ਕੀਤੀ ਫਿਲਮ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਡਾਇਰੈਕਟ ਕੀਤੀ ਉਹਨਾਂ ਨੇ ਫਿਲਮ ਸੋ ਜੋ ਅਸੀਂ ਸੋਚ ਕੇ ਫਿਲਮ ਇਹ ਸ਼ੁਰੂ ਕੀਤੀ ਸੀ ਉਹ ਤੋਂ ਬੈਟਰ ਫਿਲਮ ਬਣ ਕੇ ਸਾਹਮਣੇ ਆਈ ਆ ਸੋ ਅਸੀਂ ਬਹੁਤ ਐਕਸਾਈਟਡ ਹਾਂ ਅਤੇ ਸਾਨੂੰ ਪੂਰੀ ਪੂਰੀ ਉਮੀਦ ਆ ਕਿ ਤੁਹਾਨੂੰ ਫਿਲਮ ਬਹੁਤ ਪਸੰਦ ਆਊਗੀ ਅਤੇ ਮੇਰਾ ਜਿਹੜਾ ਕਰੈਕਟਰ ਇਹਦੇ ਵਿੱਚ ਉਹਦਾ ਨਾਮ ਹੈਗਾ ਜੀ ਕੈਮ ਜਿੱਦਾਂ ਬਾਹਰ ਜਾ ਕੇ ਬੰਦੇ ਆਪਣੇ ਨਾਂ ਛੋਟੇ ਕਰ ਲੈਂਦੇ ਆ ਜਿੱਦਾਂ ਜਗਦੀਪ ਜਗਪਾਲ ਜੈਗ ਬਣ ਜਾਂਦੇ ਆ ਉੱਦਾਂ ਦਾ ਨਾਂ ਕਰਮਜੀਤ ਸਿੰਘ ਆ ਸੋ ਪਰ ਐਨ ਆਰ ਆਈ ਆ ਸੋ ਉਹਦਾ ਕੈਮ ਆ ਅਤੇ ਬਹੁਤ ਸਟਾਈਲਿਸ਼ ਇੱਕ ਕੈਸੇਨੋਵਾ ਟਾਈਪ ਦੀ ਉਹਦੀ ਇਮੇਜ ਹੈਗੀ ਹੈ ਜਿੱਥੇ ਕੁੜੀ ਦੇਖਦਾ ਉਹਦੇ ਪਿੱਛੇ ਹੋ ਜਾਂਦਾ ਸੋ ਮੈਨੂੰ ਲੱਗਦਾ ਕਿ ਮੇਰੀ ਰੀਅਲ ਲਾਈਫ ਤੋਂ ਥੋੜ੍ਹਾ ਜਿਹਾ ਉਲਟਾ ਕਰੈਕਟਰ ਅਤੇ ਪਰ ਮੈਨੂੰ ਬੜਾ ਮਜ਼ਾ ਆਇਆ ਕਿਉਂਕਿ ਮੈਨੂੰ ਬਹੁਤ ਸਾਰੀਆਂ ਕੁੜੀਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਗੋਰੀਆਂ ਨਾਲ ਵੀ ਫਿਲਮ ਦੇ ਵਿੱਚ ਸੋ ਇਹੀ ਮੈਂ ਕਹਿਣਾ ਚਾਹੂੰਗਾ ਕਿ ਜਿਹੜਾ ਪਲੋਟ ਆ ਫਿਲਮ ਦਾ ਉਹ ਇੰਨਾ ਹਿਊਮਰਸ ਹੈ ਇੰਨਾ ਇੰਟਰਟੇਨਿੰਗ ਆ ਕਿ ਤੁਸੀਂ ਇੱਕ ਵੀ ਸੈਗਮੈਂਟ ਫਿਲਮ ਦੇ ਵਿੱਚ ਬੋਰ ਨਹੀਂ ਹੋਵੋਗੇ ਫਿਲਮ ਇੰਨੀ ਸੋਹਣੀ ਬਣੀ ਹੋਈ ਹੈ ਸੋ ਤੁਸੀਂ ਜ਼ਰੂਰ ਮੈਂ ਆਪਣੇ ਵੱਲੋਂ ਵੀ ਜੱਸੀ ਵੱਲੋਂ ਵੀ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਅਪੀਲ ਕਰਨਾ ਕਿ 24 ਫਰਵਰੀ ਨੂੰ ਫਿਲਮ ਆਉਣੀ ਹੈ ਜੀ ਆਪਣੇ ਨੇੜੇ ਦੇ ਥੀਏਟਰ ਜਦੋਂ ਵੀ ਤੁਹਾਡਾ ਟਾਈਮ ਲੱਗੇ ਦੇਖ ਕੇ ਆਇਓ ਅਤੇ ਸਾਨੂੰ ਫੀਡਬੈਕ ਜ਼ਰੂਰ ਦਿਓ ਸੋ ਜੱਸੀ ਭਾਅ ਜੀ ਵਿਹਲਾ ਹੋ ਚੱਲਿਆ ਪ੍ਰੋਗਰਾਮ ਸਮਾਪਤ ਕਰਨ ਦਾ ਜਿੱਦਾਂ ਆਪਣੀ ਸਟਾਰਟਿੰਗ ਦਾ ਜੀ ਕਿ ਬੱਬਲ ਭਾਅ ਜੀ ਆਏ ਆਪਾਂ ਦੋਨੋਂ ਇਕੱਠਾ ਗਾਣਾ ਗਾਉਂਦੇ ਹਾਂ ਹਾਂਜੀ ਸੋ ਭਾਅ ਜੀ ਫਾਲੋ ਅਸੀਂ ਜਿਹੜਾ ਗਾਣਾ ਸਾਰਿਆਂ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਲੋਕਾਂ ਲਈ ਜਿਹੜੀ ਅਸੀਂ ਸੋਚਦੇ ਹਾਂ ਚੀਜ਼ ਕਿ ਉਹਨਾਂ ਲਈ ਇੱਕ ਚੀਜ਼ ਮੈਸੇਜ ਹੋਵੇ ਉਹ ਗਾਣਾ ਅਸੀਂ ਤਿਆਰ ਕੀਤਾ ਸੀਗਾ ਉਹ ਅਸੀਂ ਮਿਹਨਤਾਂ ਨਾ ਕੀਤੀਆਂ ਤਰੱਕੀਆਂ ਪੱਕੇ ਰੰਗਾਂ ਵਾਂਗੂ ਯਾਰੀਆਂ ਪੱਕੀਆਂ ਗੱਲ ਵੱਢ ਦੇਣੀ ਆਪ ਤੋਂ ਜੇ ਵੱਡੇ ਦੀ ਇਹਨਾਂ ਸੋਚੀ ਵੈਰੀ ਵੱਢਣਾ ਨਹੀਂ ਜਾਣਦੇ ਯਾਰ ਔਖੇ ਵੇਲੇ ਖੜਦੇ ਨੇ ਜੱਟ ਦੇ ਕੱਲਾ ਡੀਜੇ ਆਂਦੇ ਡੀਜੇ ਆਂਦੇ ਡੀਜੇ ਆਂਦੇ ਡੀਜੇ ਆਂਦੇ ਡੀਜੇ ਆਂਦੇ ਨੱਚਣਾ ਨਹੀਂ ਜਾਣਦੇ ਯਾਰ ਔਖੇ ਵੇਲੇ ਖੜਦੇ ਨੇ ਜੱਟ ਦੇ ਕੱਲਾ ਡੀਜੇ ਆਂਦੇ ਨੱਚਣਾ ਨਹੀਂ ਜਾਣਦੇ ਡਾਲਰ ਮੋਟੇ ਬਣਾਉਂਦਾ ਵੀ ਗੱਲ ਸੁਣ ਛੱਲਿਆ ਹੋ ਗੱਲ ਸੁਣ ਛੱਲਿਆ ਕੈਦੀ ਕਿਉਂ ਗੱਡੀ ਦਾ ਕੈਦੀਆਂ ਟਣਣ 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 ਟਣਣ